ਪੰਮਾ ਕੰਮ ਕਰ ਗਿਆ ਉਹ ਐਕਟ ਕਰ ਗਿਆ ਪ੍ਰਿੰਸ ਕਮਲਜੀਤ ਆਪਦਾ ਜੋ ਇੰਨੇ ਸਾਲਾਂ ਦਾ ਕਰਦਾ ਹੁੰਦਾ ਸੀ ਉਹਨੇ ਉਹੀ ਕੀਤਾ ਸੋ ਇੱਕ ਇੱਕ ਕਰੈਕਟਰ ਜਿਹੜਾ ਉਹ ਮਤਲਬ ਇੰਨਾ ਜ਼ਿਆਦਾ ਵੱਡਾ ਹੋ ਗਿਆ ਵੀ ਹੁਣ ਪ੍ਰਿੰਸ ਕਮਲਜੀਤ ਪੰਮਾ ਹੋ ਗਿਆ ਛੋਟੇ ਸੁਪਨੇ ਰਹਿ ਗਏ ਕੋਈ ਹੁਣ ਨਹੀਂ ਇਸੇ ਕਰਕੇ ਮੈਨੂੰ ਹੁਣ ਆਇ ਨਹੀਂ ਲੱਗਦਾ ਹੁੰਦਾ ਵੀ ਯਾਰ ਪਤਾ ਨਹੀਂ ਕੀ ਧੋਪ ਮਾਰ ਲਈ ਪਤਾ ਨਹੀਂ ਕੀ ਕਰ ਲਿਆ ਕਤਾਬਾਂ ਜੋ ਤੇ ਉਹ ਗਿਆਨ ਹਾਸਲ ਹੁੰਦਾ ਜਿਹੜਾ ਆਪਾਂ ਆਪਣੇ ਅੰਦਰ ਭਰ ਲੈਨੇ ਜਦੋਂ ਲੋੜ ਉਹ ਵਰਤ ਲਈ ਉਦੋਂ ਵਰਤ ਇਹ ਉਹੀ ਗੱਲ ਆ ਵੀ ਦਵਾਤ ਚ ਸਿਆਹੀ ਜ਼ਰੂਰ ਹੋਵੇ ਜਿੱਥੇ ਲੋੜ ਆ ਵਰਤ ਇਹ ਜੇ ਦਵਾਤ ਹੀ ਖਾਲੀ ਆ ਤੇ ਫਿਰ ਆਪਾਂ ਲਿਖਾਂਗੇ ਕੀ 50 ਹੁਣ ਆਪਾਂ ਇੱਥੇ ਫਿਰਨਦੇ ਆ ਇਹੋਲੇ ਕੈਨੇਡਾ ਹੂੰ ਜਿੰਨੇ ਕਿ ਦਿਨ ਵੀ ਹੋ ਗਏ ਜੀ ਜੀ ਇਹ ਕਿਦਾਂ ਦਾ ਲੱਗਾ ਮਾਹੌਲ ਚਾਲੀ ਮੈਂ ਜੋ ਮਜ਼ਾ ਲੈ ਰਹੇ ਆ ਆਪਾਂ ਸਟੂਡੀਓ ਚ ਕਰਨੀ ਸੀ ਅਸੀਂ ਇੱਥੇ ਕਿਉਂ ਕਰਨ ਆਏ ਹਾਂ ਇਸ ਕਰਕੇ ਲੱਗੇ ਵੀ ਅਸੀਂ ਇੱਥੇ ਆ ਲੁਕੇਸ਼ਨ ਮਾਹੌਲ ਵੀ ਕੈਨੇਡਾ ਚ ਫਿਰਦੇ ਬਸ ਸੇਮ ਹੈ ਮੇਰਾ ਇਹ ਮੈਨੂੰ ਵਧੀਆ ਲੱਗਦਾ ਵਧੀਆ ਲੱਗਦਾ ਅਜਾ ਪ੍ਰਿੰਸ ਬਾਜੀ ਇਹ ਦੱਸੋ ਵੀ ਹੁਣ ਜਦਾਂ ਸਾਰਾ ਕੁਝ ਚੱਲ ਪਿਆ ਹੁਣ ਕਦੀ ਬਾਸਤੇ ਚੜਿਆ ਹਾਂ ਹਾਂ ਮੈਂ ਇਹ ਮੇਰੇ ਫਸੇ ਰਹੀਦੀ ਗੱਲ ਕਿਉਂਕਿ ਮੈਨੂੰ ਪਾਤਰ ਕੈਰੈਕਟਰ ਦੇਖਣ ਨੂੰ ਉਹ ਕਰਨ ਨੂੰ ਉਹ ਮਿਲਦੇ ਨਹੀਂ ਮੈਂ ਤਾਂ ਪੀ ਲਈ ਤੁਸੀਂ ਪੀ ਨਹੀਂ ਜਾਵਦੇ ਜਾ ਮੈਂ ਵੀ ਪੀ ਲਈ ਇਹ ਹੁਣ ਜੇ ਦਾ ਸੀ ਹੁੰਦੇ ਭਾਰਤ ਦੇਸ਼ ਮਹਾਨ ਚ ਉਹਦਾ 100 ਕ ਹੈਗਾ ਸੀ ਤੇ ਹੁਣ ਤਾਂ ਜਾਣਾ ਸੀ ਉਹਨ ਨੂੰ ਹੁਣ ਮਜਬੂਰੀ ਹੈ ਵੀ ਸਾਨੂੰ ਉਹ ਬਕਸਾ ਜਾ ਨਹੀਂ ਲੱਭਾ ਜਾਂਦਾ ਕਿ ਜੇ ਲੱਭ ਗਿਆ ਤੇ ਫਿਰ ਇਹ ਸੁੱਟ ਦੇਣਗੇ ਨਹੀਂ ਤੂੰ ਨਾ ਤੁਸੀਂ ਚੱਲੋ ਵੀ ਠੀਕ ਕੱਪੜੇ ਜਦੋਂ ਮੈਂ ਪਾਉਣਾ ਮੇਰਾ ਰੈਡੀमेड ਦਾ ਕੰਮ ਰਿਆ ਮੈਂ ਕੱਪੜੇ ਤਾਂ ਹੋਣਗੇ ਮੇਰੇ ਕੋਲ ਬਿਲਕੁਲ ਸਹੀ ਪਰ ਉਹ ਫਿਲਮਾਂ ਚ ਨਹੀਂ ਕਿਸੇ ਨੇ ਦੇਖਿਆ ਹੁੰਦਾ ਟੌਰ ਕੱਢੀ ਇਸ ਲਈ ਝਟਕਾ ਲੱਗਦਾ ਵੀ ਹੈ ਬਹੁਤ ਰੱਖੇ ਸਰ ਨਹੀਂ ਮੈਨੂੰ ਬਹੁਤ ਸੰਘਾਂਗੇ ਵੀ ਜਿਹੜੀ ਆ ਫੀਲ ਹੈ ਔਰ ਇਹ ਸੁਣਾਉਣ ਦਾ ਮੈਨੂੰ ਮੈਂ ਹੁਣ ਜਦੋਂ ਐ ਚਾਕਿਆ ਜਦੋਂ ਜਮਾਂ ਹੀ ਪੁਆਇੰਟ ਤੇ ਆਕੇ ਵੀ ਇੰਨਾ ਮਜ਼ਾ ਕਿਉਂ ਆਉਂਦਾ ਪਤਾ ਉਹ ਫਿਰ ਆ ਦਰਖਤ ਹੈ ਇਹਨਾਂ ਨਾਲ ਸਵਾਦ ਆਇਆ ਆਪ ਨੂੰ ਹੁਣ ਐ ਲੱਗਦਾ ਵੀ ਅੱਜ ਬਹੁਤ ਹਵਾ ਜ਼ਿਆਦਾ ਚੱਲਣ ਲੱਗੀ ਹਾਂ ਵੀ ਉਹ ਕੰਦੇ ਰੌਲਾ ਨਹੀਂ ਪਾਉਂਦੇ ਹੁੰਦੇ ਤਾੜੀਆਂ ਮਾਰਦੇ ਹਾਂ ਦੇਖੋ ਜੀ ਗੱਲ ਇਹ ਆ ਵੀ ਤੁਸੀਂ ਕਹਿਣਾ ਵੀ ਟਿਮ ਹੋਣ ਦੀ ਚਾਹ ਵਿਆ ਸ਼ਾਇਦ ਵਿਖਾਉਣਾ ਨਹੀਂ ਵਿਖਾਉਂਦਾ ਨਹੀਂਗਾ ਇਹ ਬੀਸਿਕਲੀ ਲਾਈਫ ਲਾਈਨ ਆ ਕੈਨੇਡਾ ਦੀ ਜਿਹੜਾ ਬੰਦਾ ਕੰਮ ਧੰਦੇ ਵਾਲਾ ਉਹਦਾ ਇਹਦੇ ਬਿਨਾਂ ਗੁਜ਼ਾਰਾ ਹੈ ਨਹੀਂ ਤੇ ਇਹ ਇਸ ਕਰਕੇ ਪੀਂਦੇ ਪੀਂਦੇ ਮੈਂ ਕਿਹਾ ਵੀ ਚਲੋ ਨਾਲੇ ਕੰਮ ਕਰ ਲਈਏ ਨਾਲੇ ਚਾਹ ਪੀ ਲੀਨੇ ਕਿਉਂਕਿ ਬਹਿ ਕੇ ਚਾਹ ਪੀਣ ਦਾ ਵੀ ਟਾਈਮ ਨਹੀਂ ਹੈਗਾ ਕੈਨੇਡਾ ਜੇ ਤੁਸੀਂ ਮੇਰੀ ਗੱਲ ਝੂਠ ਲੱਗਦੀ ਹੋਵੇ ਤਾਂ ਜਿਹੜਾ ਆਸੇ ਪਾਸੇੋਂ ਗਿਆ ਉਹਨੂੰ ਪੁੱਛ ਲਿਓ ਕਿਤੇ ਹੁਣ ਇੱਥੇ ਮੈਂ ਸਟੂਡੀਓ ਤੋਂ ਬਾਹਰ ਕਿਉਂ ਆਇਆ ਇਹਦੇ ਪਿੱਛੇ ਕਾਰਨ ਜਿਹੜਾ ਉਹ ਵੀ ਤੁਹਾਨੂੰ ਪਤਾ ਲੱਗ ਜਾਣਾ ਕਿਉਂ ਪ੍ਰਿੰਸ ਕਮਲਜੀਤ ਹੋਰੀ ਤੇ ਮੈਂ ਸੋਚਿਆ ਵੀ ਨਾਲੇ ਬਾਈ ਹੁਰਣਾ ਗੱਲਾਂ ਬਾਤਾਂ ਮਾਰ ਲੀਏ ਨਾਲੇ ਚਾਹ ਪੀ ਲਈਏ ਨਾਲੇ ਫਿਰਤੁਰ ਲਈਏ ਨਾਲੇ ਧੁੱਪ ਚੰਗੀ ਤੇ ਪ੍ਰਿੰਸ ਬਾਜੀ ਬੜਾ ਸਵਾਗਤ ਤੁਹਾਡਾ ਪ੍ਰਾਈਮਰੀ ਸ਼ੈਟੀ ਥੈਂਕ ਯੂ ਜੀ ਵੀਰੇ ਥੈਂਕ ਯੂ ਥੈਂਕ ਯੂ ਇਹ ਚਾਹ ਕਦਾਂ ਲਾ ਘੰਟ ਹੈ ਨਾ ਖੁੱਲਦੀ ਅੱਖਾਂ ਬੋ ਘੰਟ ਇਹ ਲੋ ਹੁਣ ਜੇ ਮਤਲਬ ਉੱਥੋਂ ਆਣ ਕੇ ਬੰਦੇ ਨੂੰ ਲੱਗੇ ਵੀ ਯਾਰ ਨਹੀਂ ਠੀਕ ਹੈ ਗੱਲ ਤੇ ਦਾ ਮਤਲਬ ਚੀਕ ਆ ਬਈ ਨਹੀਂ ਬਿਲਕੁਲ ਹਾਂ ਅੱਛਾ ਇਹਦੇ ਬਾਰੇ ਮੈਂ ਵੀ ਦੱਸਦਾ ਵੀ ਆਪਣਾ ਜਿਹੜੇ ਆਪਣੇ ਖਾਸ ਕਰਕੇ ਸਟੂਡੈਂਟ ਭਾਈਚਾਰਾ ਆਉਂਦਾ ਖਾਸ ਕਰਕੇ ਕੁੜੀਆਂ ਆਉਂਦੀਆਂ ਨੇ ਬਹੁਤਾ ਕਰਕੇ ਇਸ ਜਿਹੜਾ ਟਿਮ ਆਊਟਨ ਦੇ ਉੱਪਰ ਉਥੇ ਉਹ ਕੰਮ ਕਰਦੀਆਂ ਵਧੀਆ ਰੋਜ਼ਗਾਰ ਹੈ ਤੇ ਜੇ ਆਪਣੇ ਕੰਮ ਵਾਲੇ ਬੰਦੇ ਦੀ ਗੱਲ ਕਰੀਏ ਤੇ ਹੁਣ ਸਵੇਰੇ ਕਿਸ ਵੇਲੇ ਹੁੰਦਾ ਵੀ 5 ਵਜੇ ਕਿਹੜਾ ਚਾਹ ਬਣਾਉ ਹਮ ਇਹਨਾਂ ਨੂੰ ਭਾਵੇਂ ਤੁਸੀਂ 5 ਵਜੇ ਜਾ ਕੇ ਘੰਟੀ ਮਾਰਦੇ ਹੋ ਵੀ ਆਹ ਬਣਾ ਦਿਓ ਜੀ ਉਹ ਆਂਦੇ ਲਓ ਜੀ 1 ਮਿੰਟ ਚ ਲਾਓ ਤੇ ਜਾਓ ਕੰਮ ਤੇ ਤੇ ਮੈਂ ਆਹ ਕਿ ਚਲੋ ਆਪਾਂ ਨਾਲੇ ਗੱਲਾਂ ਕਰ ਲੈਣ ਨਾਲੇ ਥੋੜੀਆਂ ਅੱਖਾਂ ਖੁੱਲ ਜਾਣਗੀਆਂ ਮੈਂ ਦੱਸ ਦਿਆਂ ਕਿ ਵੀ ਇਸ ਸ਼ਖਸੀਅਤ ਨੂੰ ਮੇਰਾ ਖਿਆਲ ਵੀ ਜੇ ਮੈਂ ਆਖਾਂ ਜੀ ਇਹਨਾਂ ਨੇ ਆ ਕੀਤਾ ਹੈ ਇਹਨਾਂ ਨੇ ਉਹ ਕੀਤਾ ਹੈ ਤੁਸੀਂ ਤੁਸੀਂ ਮੇਰੇ ਨਾਲੋਂ ਤੇ ਹੋ ਸਕਦਾ ਇਹਨਾਂ ਨਾਲੋਂ ਜ਼ਿਆਦਾ ਜਾਣਦੇ ਹੋ ਮੈਨੂੰ ਆਇਆ ਸੀ ਵੀ ਆਪਾਂ ਫਿਲਮਾਂ ਦੀਆਂ ਗੱਲਾਂ ਤੇ ਕਰਨੀਆਂ ਕਰਨੀਆਂ ਕੁਝ ਹੋਰ ਗੱਲਾਂ ਵੀ ਕਰਨੀ ਬਿਲਕੁਲ ਬਾਬਾ ਮੈਨੂੰ ਨਾ بڑے ਬੰਦੇ ਪੁੱਛਦੇ ਹੁੰਦੇ ਆ ਯਾਰ ਉਹ ਬੰਦਾ ਯਾਰ ਉਹ ਉਹ ਪਹਿਲਾਂ ਕਿੱਥੇ ਰਿਹਾ ਇਹ ਸਵਾਲ ਮੈਨੂੰ ਤੁਸੀਂ ਬੜੀ ਅੰਦਾਜ਼ਾ ਕੀਤਾ ਤੇ ਅੱਜ ਮੈਂ ਇਦਾਂ ਹੀ ਪਾ ਨੂੰ ਪੁੱਛ ਲਿਆ ਵੀ ਬੰਦਾ ਪਹਿਲਾਂ ਕਿੱਥੇ ਰਿਹਾ ਮੈਂ ਅਸਲ 'ਚ ਜਦੋਂ ਮੈਨੂੰ ਪਤਾ ਜਾਂ ਲੱਗਿਆ ਵੀ ਫਿਲਮਾਂ 'ਚ ਜਾਣ ਲਈ ਥੀਏਟਰ ਕਰਨਾ ਜ਼ਰੂਰੀ ਹੈ ਹੋਰ ਆ ਮੈਂ ਉਹ ਕਰਦਾ ਰਿਹਾ ਫਿਰ ਨਾਟਕ ਵਗੈਰਾ ਲਿਖਣ ਲੱਗ ਗਿਆ ਫਿਰ ਨਾਟਕ ਖੇੜਦੇ ਸੀ ਫਿਰ ਨਾਟਕ ਮੈਨੂੰ ਕਈ ਚੰਗੇ ਨਹੀਂ ਲੱਗਦੇ ਸੀ ਫਿਰ ਆਪ ਲਿਖਨੇ ਸ਼ੁਰੂ ਕਰ ਲੇ ਬਈ ਯਾਰ ਐਸ ਕਿਸਮ ਦੇ ਨਾਟਕ ਜਿਵੇਂ ਰੱਬ ਰੱਬਾ ਮੀਰ ਸਾ ਚਾਂਦੇ ਜੋ ਰੋਟੀ ਲੱਗਦਾ ਹੈ ਬੱਚਿਆਂ ਦੇ ਮੈਂ ਨਾਟਕ ਉਹ ਲਿਖੇ ਉਦੇ ਤੋਂ ਬਾਅਦ ਫਿਰ ਮੈਨੂੰ ਲੱਗਾ ਵੀ ਬੰਬੇ ਗਿਆੜਾ ਕੱਢ ਕੇ ਆਈਏ ਬੰਬੇ ਗਿਆ ਫਿਰ ਮੈਂ ਦਿੱਲੀ ਗਿਆ ਐਨਐਸਡੀ ਦੇ ਉੱਥੇ ਸ਼੍ਰੀ ਰਾਮ ਸੈਂਟਰ ਜਾ ਵਰਦੇ ਸੀ ਉਹ ਕਰ ਕਰਾ ਕੇ ਮੈਨੂੰ ਇਹ ਲੱਗਾ ਵੀ ਥੀਏਟਰ ਚ ਹੁਣੇ ਤਾਂ ਪੈਸਾ ਹੁੰਦਾ ਨਹੀਂ ਵੀ ਜਾਣਾ ਫਿਲਮਾਂ ਚ ਫਿਲਮਾਂ ਵਾਲਾ ਹਜੇ ਸਾਹ ਬਣ ਨਹੀਂ ਰਿਹਾ ਜਾਂ ਬਣ ਨਹੀਂ ਰਿਹਾ ਜਾਂ ਬਣ ਦਿੱਤਾ ਨਹੀਂ ਜਾ ਰਿਹਾ ਆ ਕੁਝ ਵੀ ਤੇ ਵੀ ਕੰਮ ਕਰ ਲਈਏ ਕੁਝ ਜੀ ਜਿਹਦੇ ਨਾਲ ਤੋਰੀ ਫੁਲਕਾ ਚੱਲਦਾ ਰਹੇ ਫਿਰ ਮੈਂ ਕੰਮ ਕਰ ਲਿਆ ਕੰਮ ਕਰਦੇ ਕਰਦੇ ਕੰਮ ਵਾਵਾ ਹੀ ਕਰ ਲਿਆ ਚੰਗਾ ਕਰ ਲਿਆ ਵਾਵਾ ਹੋ ਗਿਆ ਹੂੰ ਫੇਰ ਲੱਗਾ ਵੀ ਯਾਰ ਤੂੰ ਤਾਂ ਕੰਮ ਕਰਨ ਲੱਗਾ ਤੂੰ ਤਾਂ ਜਾਣਾ ਉਧਰ ਸੀ ਫੇਰ ਬਸ ਮੈਂ ਇੰਦਰ ਨੂੰ ਆ ਗਿਆ ਫਿਰ ਜੱਟ ਬੋਇਜ਼ ਫਿਰ ਹੋਰ ਫੇਰ ਵੀ ਓਵੇਂ ਜਿਹੇ ਵੀ ਠੀਕ ਹੈ ਇੱਕ ਸੀਨ ਦੋ ਸੀਨ ਇੱਕ ਸੀ ਫਿਰ ਮੈਨੂੰ ਲੱਗਾ ਵੀ ਚੱਲਦੇ ਰਹਿਣ ਲਈ ਜਾਂ ਜੋ ਮਨ ਚਾ ਉਹ ਕਰਨ ਲਈ ਇਹ ਵੀ ਕਰਨਾ ਜ਼ਰੂਰੀ ਹੈ ਹੂੰ ਫਿਰ ਉਹ ਚੱਲਦਾ ਰਿਹਾ ਚੱਲਦਾ ਰਿਹਾ ਫਿਰ ਗਿੱਪੀ ਬਾਈ ਜੀ ਨਾਲ ਹੋ ਗਿਆ ਮੈਂ ਉਹਨਾਂ ਦੇ ਉੱਥੇ ਆਫਿਸ ਜਾਂਦਾ ਸੀ ਮਿਲਦਾ ਕਰਦਾ ਡਾਇਲੌਗ ਲਿਖੇ ਸੀ ਮੈਂ ਫਰਾਰ ਦੇ ਹੂੰ ਫਿਰ ਅੱਗੇ ਅੱਗੇ ਆਈ ਚੱਲਦੇ ਰਹੇ ਚੱਲਦੇ ਰਹੇ ਚੱਲਦੇ ਰਹੇ ਫਿਰ ਇੱਕ ਦਿਨ ਸਾਰੇ ਕਾਸੇ ਦੇ ਵਿੱਚ ਮਧਾਣੀ ਫਿਰੀ ਹੂੰ ਤੇ ਮੱਖਣ ਕੱਢੀ ਮੱਖਣ ਨਿਕਲਿਆ ਹੂੰ ਉਹਦਾ ਨਾਮ ਸੀਗਾ ਵਰਨਿੰਗ ਹੂੰ ਜਿਹੜੀ ਕਿ ਪਹਿਲਾਂ ਮੇਰਾ خیال ਤੁਹਾਨੂੰ ਵੀ ਯਾਦ ਹੋਵੇ ਫਿਲਮ ਆਉਣ ਤੋਂ ਪਹਿਲਾਂ ਉਹ ਵੈਬ ਸੀਰੀਜ਼ ਦੀ ਗੱਲ ਸੀ ਤੇ ਵੈਬ ਸੀਰੀਜ਼ ਵੀ YouTube ਤੇ ਵੀ ਹਰੇਕ ਬੰਦਾ ਦੇਖੇ ਹੂੰ ਤੇ ਜਿੱਦਣ ਉਹਦਾ ਐਪੀਸੋਡ ਪਿਆ ਉਹਦੇ ਤੋਂ ਬਾਅਦ ਨੇਰੀ ਆ ਗਈ ਤੇ ਲੋਕ ਕਹਿਣ ਵੀ ਯਾਰ ਇਹ ਬੰਦਾ ਕੌਣ ਹੈ ਨਾ ਅੱਛਾ ਆਪਾਂ ਨਾਲ ਤੁਰਦੇ ਰਹਿੰਦੇ ਆ ਉਹ ਜਿਹੜਾ ਇੱਕ ਗੱਲ ਮੈਨੂੰ ਦੱਸੋ ਕਿ ਵੀ ਜਦੋਂ ਆਪਾਂ ਵਾਰਨਿੰਗ ਦੀ ਗੱਲ ਕਰਦੇ ਆ ਉਹ ਪਸੰਦ ਬਹੁਤ ਕੀਤੀ ਲੋਕਾਂ ਨੇ ਉਸ ਤੋਂ ਬਾਅਦ ਚਲੋ ਉਹਨੂੰ ਆਪਾਂ ਰੋਕ ਕੇ ਤੇ ਦੁਬਾਰਾ ਚਲੋਗੇ ਵੀ ਬਾਈ ਹਰਾਂ ਸੋਚਿਆ ਵੀ ਆਪਾਂ ਇਹਨੂੰ ਫਿਲਮ ਬਣਾ ਲੈਣੀ ਹੈ ਫਿਲਮ ਨੇ ਵੀ ਜ਼ਰੂਰ ਰਿਕਾਰਡ ਤੋੜਤਾ ਉਹਦਾ ਜਿਹੜਾ ਬਾਣਾ ਬਾਣਾ ਸੀਗਾ ਜਾਂ ਉਹ ਜਿਹੜਾ ਕਰੈਕਟਰ ਸੀ ਜੀ ਜੇ ਮੈਂ ਗਲਤ ਨਾ ਹੋਵਾਂ ਤੇ ਉਹ ਬਹੁਤਾ ਕਰਕੇ ਜਿੱਦਾਂ ਦੀਆਂ ਸਾਊਥ ਦੀਆਂ ਫਿਲਮਾਂ ਦਾ ਸੈਟਅਪ ਹੁੰਦਾ ਨਾਲ ਇਦਾਂ ਦਾ ਸੀ ਜੀ ਬੋਲਬਾਣੀ ਪੰਜਾਬੀ ਸੀ ਕਰੈਕਟਰ ਪੰਜਾਬੀ ਸੀ ਜੀ ਇਹ ਕਿੱਥੋਂ ਕਹਾਣੀ ਚੱਲ ਪਈ ਕਿ ਵੀ ਸਾਊਥ ਵਾਲਾ ਟ੍ਰੀਟਮੈਂਟ ਚੱਕ ਕੇ ਤੇ ਆਪਾਂ ਪੰਜਾਬ ਦੇ ਵਿੱਚ ਤਜਰਬਾ ਕਰਕੇ ਦੇਖੀਏ ਕਿਉਂਕਿ ਮੈਨੂੰ ਇਹ ਲੱਗਦਾ ਸੀ ਵੀ ਇਹ ਇਹ ਉਦਾਂ ਹੀ ਆ ਵੀ ਆਪਾਂ ਬਨੇਰੇ ਤੋਂ ਖਲੋ ਕੇ ਸ਼ਾਲ ਮਾਰਨੀ ਹੈ ਜੇ ਲੱਤ ਟੁੱਟ ਗਈ ਤਾਂ ਵੀ ਠੀਕ ਹੈ ਜੇ ਬਾਜ ਗਈ ਤਾਂ ਵੀ ਠੀਕ ਹੈ ਇਹ ਹੈ ਸੀ ਇਦਾਂ ਮੈਂ ਦੱਸਦਾ ਇਹਦੇ ਚੇ ਸੀਗਾ ਵੀ ਬਾਈ ਮੈਂ ਬਹੁਤ ਕਹਿੰਦਾ ਰਹਿੰਦਾ ਸੀ ਵੀ ਕੁਝ ਕਰ ਲਈਏ ਕੁਝ ਮੈਂ ਬਾਈ ਕਹਿੰਦੇ ਇੱਕ ਲਾਈਨ ਐ ਇਦਾਂ ਦੀ ਐ ਕਰਕੇ ਤੂੰ ਡਾਇਲੌਗ ਲਿਖ ਲਾ ਉਹ ਕਰ ਲਾ ਮੈਂ ਕਿਹਾ ਠੀਕ ਕਹਿੰਦੇ ਵੀ ਮੁੰਡੇ ਲੱਭ ਲੋ ਹੂੰ ਆਡੀਸ਼ਨ ਪਾਤੇ ਹੋ ਗਏ ਆਏ ਵੀ ਬਹੁਤ ਫਿਰ ਇੱਕ ਫੋਟੋ ਮੇਰੀ ਸੀ ਜਿਹੜਾ ਪਹਿਲਾਂ ਪੋਸਟਰ ਸੀਗਾ ਉਹ ਮੈਂ ਵੈਸੇ ਹੀ ਬਾਈ ਨੂੰ ਦਿਖਾਈ ਕਹਦੇ ਯਾਰ ਕੌਣ ਐ ਮੈਂ ਕਿਹਾ ਜੀ ਉਹ ਮੈਂ ਆ ਤੂੰ ਕਹਿੰਦੇ ਇਹੋ ਜਿਹਾ ਵੀ ਲੱਗਦਾ ਮੈਂ ਕਿਹਾ ਹਾਂ ਜੀ ਹੂੰ ਕਾਂ ਦੇ ਫਿਰ ਤੂੰ ਕਰ ਉਹ ਕਰਨ ਲੱਗਤੇ ਜਿਹੜਾ ਡਾਇਰੈਕਟਰ ਹੈ ਅਮਰ ਉਹਦੇ ਤੇ ਪ੍ਰਭਾਵ ਹੈਗਾ ਜਿਹੜੀ ਤੁਸੀਂ ਗੱਲ ਕਰਦੇ ਨਾ ਉਹਦਾ ਮੇਕਿੰਗ ਦਾ ਸਟਾਈਲ ਉਹਨੂੰ ਐਕਸ਼ਨ ਬਹੁਤ ਜ਼ਿਆਦਾ ਪਸੰਦ ਆਂਦਾ ਔਰ ਖਲਾਰਾ ਹਨਾ ਹਾਲੀਵੁੱਡ ਬਹੁਤ ਦੇਖਦਾ ਉਹ ਉਹਦੇ ਤੋਂ ਆਪਾਂ ਉਹ ਮੰਨਦਾ ਜਾਂ ਨਹੀਂ ਮੰਨਦਾ ਇਹ ਨਹੀਂ ਪਤਾ ਪਰ ਜਿਵੇਂ ਤੁਸੀਂ ਗੱਲ ਕੀਤੀ ਆ ਸੇਮ ਹੀ ਸਾਨੂੰ ਲੱਗਦਾ ਹੁੰਦਾ ਵੀ ਪ੍ਰਭਾਵ ਤਾਂ ਹੈਗਾ ਓਕੇ ਮਤਲਬ ਉਹ ਤੜਕਾ ਉਧਰੋਂ ਆ ਗਿਆ ਉਧਰੋਂ ਆ ਗਿਆ ਜਿਹੜਾ ਕੈਰੈਕਟਰ ਅਸਲ ਚ ਇਹ ਉਹੀ 18 ਮਿੰਟਾਂ ਦੀ ਹੀ ਬਣਾਈ ਗਈ ਸੀ ਹੂੰ ਇਹ ਇਸ ਕਿਸਮ ਦੀ ਵੈਬ ਸੀਰੀਜ਼ ਸ਼ੁਰੂ ਹੋਈ ਸੀ ਕਿ ਜਦੋਂ ਸ਼ੁਰੂ ਹੋਈ ਵੀ ਇਹ 18 ਮਿੰਟਾਂ ਦੀ ਹੈ ਉਦੋਂ ਬਾਅਦ ਅਗਲੇ ਐਪੀਸੋਡ ਚ ਹੋਰ ਬੰਦੇ ਹੋਣਗੇ ਹੋਰ ਸਾਰਾ ਕੁਝ ਹੋਊਗਾ ਹੂੰ ਇਹਦੇ ਚ ਇਹ ਬੰਦਾ ਮਰ ਗਿਆ ਹੂੰ ਉਹ ਜਦੋਂ ਹੀ 18 ਮਿੰਟਾਂ ਦੀ ਪਈ ਤਾਂ ਉਹ ਕੈਰੈਕਟਰ ਮਰ ਜਾਂਦਾ ਹੂੰ ਉਹਨੂੰ ਮਾਰਤਾ ਪੰਮੇ ਨੂੰ ਹੂੰ ਉਹ ਪੰਮੇ ਦੇ ਜਦੋਂ ਮੈਂ ਚੇਤਾ ਕਰਾ ਦਿਆਂ ਵੀ ਇੱਥੇ ਉਹ ਵਾਜੇ ਆ ਸੌਰੀ ਚਮਚੇ ਚਮਚੇ ਪੁਰਰਾਂ ਦੇ ਕੋਲ ਬੈਠਿਆ ਹਾਂ ਹਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਰੌਲਾ ਪੈ ਗਿਆ ਹੂੰ ਵੀ ਇਹਨੂੰ ਜਿਉਂਦਾ ਕਰੋ ਓਕੇ ਹੁਣ ਇਹ ਗੱਲ ਬਹੁਤ ਵਿਚਾਰ ਚੱਲਿਆ ਇਸ ਗੱਲ ਦਾ ਵੀ ਯਾਰ ਇਹ ਤਾਂ ਆਪਾਂ ਤਾਂ ਖਤਮ ਕਰਤੀ ਹੂੰ ਹੂੰ ਵੀ ਇਹ ਦੂਜਾ ਤਾਂ ਬਾਈ ਕਹਿੰਦੇ ਆ ਨਾ ਆਪਾਂ ਤਾਂ ਕਹਾਣੀ ਹੋਰ ਸ਼ੁਰੂ ਕਰਨੀ ਹੈ ਇੱਕ ਮੈਂ ਲਾਈਨ ਮੈਂ ਦਿੱਤੀ ਸੀ ਬਾਈ ਨਾਲ ਗੱਲ ਹੋਈ ਸੀ ਵੀ ਇਸ ਤੋਂ ਬਾਅਦ ਆਪਾਂ ਉਹ ਕਰਾਂਗੇ ਹੂੰ ਉਹ ਜਦੋਂ ਰੌਲਾ ਹੀ ਇੰਨਾ ਪੈ ਗਿਆ ਰੌਲਾ ਹੀ ਇੰਨਾ ਪੈ ਗਿਆ ਫੇਰ ਉਹ ਉਸੇ ਕਰੈਕਟਰ ਨੂੰ ਜਿਉਂਦਾ ਕੀਤਾ ਜਿਉਂਦਾ ਕੀਤਾ ਔਰ ਉਹਦੇ ਚੋਂ ਜਿਹੜੇ ਜਿਵੇਂ ਅੱਗੇ ਧੀਰਜ ਵਾਲਾ ਕਰੈਕਟਰ ਆ ਉਹਦਾ ਜਦੋਂ ਸ਼ੂਟ ਹੋਇਆ ਦੂਜਾ ਐਪੀਸੋਡ ਉਹਦਾ ਸੀ ਹੂੰ ਮੈਨੂੰ ਫਿਰ ਬਾਈ ਕਹਿੰਦੇ ਵੀ ਤੂੰ ਲਾਸਟ ਤੇ ਜਾ ਕੇ ਇਹ ਜ਼ਰੂਰ ਤੁਸੀਂ ਪਾਓ ਵੀ ਜਨਤਾ ਨੂੰ ਹੋਵੇ ਵੀ ਹਾਂ ਇਹ ਬਚ ਗਿਆ ਤੇ ਉਦੋਂ ਤੇ ਘਰੇ ਫੈਸਲਾ ਹੋ ਗਿਆ ਵੀ ਫਿਲਮ ਹੂੰ ਬਣਾਈ ਜਾਵੇ ਫੇਰ ਉਹ ਰੋਕ ਲੀ ਗੇ ਉਹ ਰੋਕ ਲਈ ਹੂੰ ਤੇ ਉਹ ਫਿਲਮ ਆ ਗਈ ਸੋ ਇਹ ਇਹ ਸੀ ਵਾਰਨਿੰਗ ਦੀ ਕਹਾਣੀ ਹੂੰ ਇਹ ਵੀ ਮੈਨੂੰ ਲੱਗਦਾ ਵੀ ਇਹ ਵੀ ਇੱਕ ਤਰ੍ਹਾਂ ਦੀ ਵਾਰਨਿੰਗ ਹੀ ਸੀਗੀ ਵੀ ਪੰਜਾਬੀ ਫਿਲਮ ਐਦਾਂ ਦੀ ਵੀ ਹੋ ਸਕਦੀ ਜੇ ਤੇ ਉਹ ਵਾਰਨਿੰਗ ਬਣਾਉਣ ਵਾਲਿਆਂ ਲਈ ਵੀ ਸੀਗੀ ਵੀ ਯਾਰ ਜੇ ਚੱਲ ਗਈ ਤੇ ਠੀਕ ਆ ਹੂੰ ਤੇ ਜੇ ਨਾ ਚੱਲੀ ਤੇ ਫੇਰ ਭਾਈ ਠੀਕ ਠੀਕ ਹੀ ਠੀਕ ਆ ਅੱਛਾ ਇੱਕ ਗੱਲ ਦੱਸੋ ਵੀ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਬਾਅਦ ਚ ਪਤਾ ਲੱਗਿਆ ਹੋਵੇ ਵੀ ਅਸਲ ਚ ਪ੍ਰਿੰਸ ਕਮਲਜੀਤ ਦਾ ਕਰੈਕਟਰ ਬੜੇ ਲੋਕਾਂ ਦੇ ਦਿਮਾਗ ਦੇ ਵਿੱਚ ਤੇ ਪੰਮਾ ਹੀ ਰਹਿ ਗਿਆ ਹੋ ਸਕਦਾ ਅਜੇ ਵੀ ਕਈ ਲੋਕ ਤੁਹਾਨੂੰ ਪੰਮਾ ਹੀ ਕਹਿੰਦੇ ਹੁਣ ਪੰਮਾ ਹੀ ਕਹਿੰਦੇ ਆ ਮੈਨੂੰ ਕਹਿੰਦੇ ਗਰੀਬ ਨਹੀਂ ਪੰਮਾ ਹੀ ਕਹਿੰਦੇ ਹਾਂ ਸੋ ਇਹ ਇਹ ਕਰੈਕਟਰ ਜਿਹੜਾ ਉਹ ਮਤਲਬ ਇੰਨਾ ਜ਼ਿਆਦਾ ਵੱਡਾ ਹੋ ਗਿਆ ਵੀ ਹੁਣ ਪ੍ਰਿੰਸ ਕਮਲਜੀਤ ਪੰਮਾ ਹੋ ਗਿਆ ਇਸ ਜਗ੍ਹਾ ਤੇ ਪਹੁੰਚ ਕੇ ਜਦੋਂ ਤੁਸੀਂ ਪਹਿਲਾਂ ਯਾਦ ਕਰਦੇ ਸੀ ਉਹ ਚੀਜ਼ਾਂ ਵੀ ਆਰ ਜਦੋਂ ਮੈਂ ਨਾਟਕ ਲਿਖਦਾ ਸੀ ਮੈਂ ਕਿੱਥੇ ਪਹੁੰਚੂਗਾ ਕੀ ਭਰਕਾਇਆ ਮਹਿਸੂਸ ਕੀ ਹੈ ਪੰਮਾ ਤੇ ਪ੍ਰਿੰਸ ਕਮਲਜੀਤ ਜਦੋਂ ਇਕੱਠੇ ਹੋ ਗਏ ਪਹਿਲੇ ਪ੍ਰਿੰਸ ਕਮਲਜੀਤ ਦਾ ਤੇ ਪੰਮੇ ਮਿਕਸ ਵਾਲੇ ਤੇ ਫਰਕ ਕੀ ਹੈ ਉਹਦੇ ਚ ਫਰਕ ਕੁਝ ਨਹੀਂ ਹੈਗਾ ਇਹ ਹੋਊਗਾ ਇਹ ਹੋਈ ਜਾਂਦਾ ਤੁਹਾਨੂੰ ਮੈਂ ਦੱਸਦਾ ਉਹ ਕਈਆਂ ਦਾ ਥੱਲੇ ਪਤਾ ਹੈ ਮੈਂ ਦੱਸਦਾ ਟਿਚਰਾ ਕਰਨੀਆਂ ਇੰਡੀਗਾ ਤਰ੍ਹਾਂ ਛੱਗੇ ਦੇ ਕਰਦਿਆਂ ਲੈ ਦੇਸ ਨਹੀਂ ਡਿਆ ਹੋਰ ਕਿਹੜਾ ਨਹੀਂ ਆਇਆ ਅੱਛਾ ਇਹ ਇਹ ਅੱਜ ਮੈਨੂੰ ਪੈ ਮੈਂ ਭਾਈ ਸਕਿਨ ਕਲਰ ਦੀ ਅੱਛਾ ਸ਼ਰਟ ਪਾਲੀ ਲੈ ਲੰਦੀ ਤੇ ਉਹ ਮੈਨੂੰ ਪੈਰੀ ਕਹਿੰਦਾ ਵੀ ਬਰੇ ਯਾਰ ਵੀ ਉੱਥੇ ਕੈਮਰੇ ਚ ਆਉਣਾ ਥੋੜਾ ਜਿਆਦਾ ਕਲਾਕਾਰ ਲੱਗੇ ਤੂੰ ਹਾਂ ਤੜਖ-ਪੜਖ ਵਾਲੀ ਪਾਹਾ ਮੈਂ ਫਿਰ ਮੈਂ ਕਿਹਾ ਵੀ ਠੀਕ ਹੈ ਉਹ ਉਹਦੀ ਆ ਇਹ ਓਕੇ ਉਹਦੇ ਤੋਂ ਮੰਗਵੀਂ ਆ ਛੱਗਾ ਵੀ ਮੰਗਵਾ ਬੰ ਮਨ ਲਈ ਮੰਗ ਵੀ ਨਹੀਂ ਦਿੱਤੀ ਗਈ ਹੈ ਇੱਕ ਚੀਜ਼ ਮੰਗਣੀ ਹੁੰਦੀ ਆ ਇੱਕ ਤੁਹਾਨੂੰ ਕੋਈ ਦੇ ਦਿੰਦਾ ਮਤਲਬ ਉਹਨਾਂ ਪਵਾਤੀ ਆਪਾਂ ਚਲੋ ਆਪਾਂ ਦੁਬਾਰਾ ਹੀਏ ਦੁਬਾਰਾ ਗੱਲ ਤੇ ਮੇਰਾ ਇਹ ਸਵਾਲ ਉਹਦੇ 'ਚ ਫਰਕ ਨਹੀਂ ਹੈਗਾ ਕਿਉਂਕਿ ਜਦੋਂ ਮੈਂ ਨਾਟਕ ਲਿਖਦਾ ਸੀ ਤੇ ਮੈਂ ਪਹਿਲਾ ਨਾਟਕ ਲਿਖਿਆ ਮੈਨੂੰ ਨਹੀਂ ਲਿਖਣਾ ਆਉਂਦਾ ਸੀ ਪੰਮਾ ਕੰਮ ਕਰ ਗਿਆ ਉਹ ਐਕਟ ਕਰ ਗਿਆ ਪ੍ਰਿੰਸ ਕਮਲਜੀਤ ਆਪਦਾ ਜੋ ਇੰਨੇ ਸਾਲਾਂ ਦਾ ਕਰਦਾ ਆਉਂਦਾ ਸੀ ਉਹਨੇ ਉਹੀ ਕੀਤਾ ਹੁਣ ਕਰੈਕਟਰ ਉਹਦਾ ਦਾ ਮਿਲ ਗਿਆ ਇਹਨੇ ਉਵੇਂ ਕਰਕੇ ਦਿੱਤਾ ਹੂੰ ਜੇ ਈ ਗੱਲ ਕਰੀਏ ਆਪਾਂ ਵੀ ਮੈਂ ਉਦੋਂ ਮੈਨੂੰ ਪਤਾ ਲੱਗਿਆ ਸੀ ਮੈਂ ਰੈਗੂਲਰ ਹੀ ਕੀਤਾ ਸੀਗਾ ਮੈਨੂੰ ਨਹੀਂ ਪਤਾ ਸੀ ਵੀ ਇੰਨਾ ਐ ਚੱਲੂਗਾ ਸੇਮ ਹੀ ਉਦੋਂ ਸੀਗਾ ਜਦੋਂ ਮੈਂ ਨਾਟਕ ਲਿਖਿਆ ਮੈਨੂੰ ਇਹ ਸੀਗਾ ਵੀ ਯਾਰ ਆਪਦੇ ਮਨ ਦੀ ਕਰਦੇ ਹਾਂ ਹੂੰ ਤੇ ਉਹ ਨਾਟਕ ਬਹੁਤ ਚੱਲ ਗਏ ਮੇਰੇ ਵੀ ਉਸ ਉਮਰ ਦੇ ਵਿੱਚ ਥੀਏਟਰ ਵਾਲੇ ਨਾਟਕਾਂ ਵਾਲਿਆਂ ਚ ਹੋਰ ਚ ਉਹਨਾਂ ਚ ਵੀ ਚੰਗਾ ਮਾਹੌਲ ਹੁੰਦਾ ਸੀ ਵੀ ਪਰਿੰ사 ਹੂੰ ਵੀ ਯਾਰ ਸਭ ਤੋਂ ਛੋਟੀ ਉਮਰ ਦਾ ਮੈਂ ਉਦੋਂ ਨਾਟਕਕਾਰ ਸੀ ਜਿਹੜਾ ਲਿਖਦਾ ਸੀ ਸਹੀ ਫੇਰ ਮੰਨ ਲਓ ਮੈਂ ਦੁਕਾਨ ਕੀਤੀ ਹੂੰ ਦੁਕਾਨ ਵੀ ਮੇਰੇ ਮਨ ਦੀ ਗੱਲ ਹੀ ਸੀ ਵੀ ਯਾਰ ਮੈਂ ਦੁਕਾਨ ਇਹ ਗੱਲ ਨਾ ਮੈਂ ਕਰਨ ਲੱਗਿਆ ਸੀ ਮੈਨੂੰ ਆਇਆ ਸੀ ਵੀ ਇਹ ਭੁੱਲਣਾ ਜਾਣ ਲੋਕੀ ਕਿਉਂਕਿ ਕਈ ਆਮ ਜਦੋਂ ਹੁਣ ਦੇਖੋ ਇੱਕ ਗੱਲ ਮੈਂ ਹੋਰ ਦੱਸ ਦਿਆਂ ਵੀ ਜਿੱਦਾਂ ਦਾ ਮੇਰਾ ਕੰਮ ਆ ਵੀ ਮੈਂ ਉਹ ਇੰਟਰਵਿਊ ਵਾਲਾ ਕੰਮ ਤਾਂ ਹੈ ਨਹੀਂ ਭਾਣ ਵਾਲਾ ਆਪਣਾ ਪਿਆਰਾ ਯਾਰੀ ਆ ਇਹ بڑے ਲੋਕਾਂ ਨੇ ਸਵਾਲ ਮੈਨੂੰ ਵੀ ਕੀਤਾ ਸੀ ਯਾਰ ਵੀ ਉਹ ਇੱਕ ਦੁਕਾਨ ਸੀ ਬੰਦਾ ਤੇ ਉਹ ਦੁਕਾਨਦਾਰ ਤੋਂ ਇਦਾਂ ਬਣ ਗਿਆ ਫਿਰ ਮੈਨੂੰ ਦੱਸਦਾ ਮੈਂ ਕਿਹਾ ਵੀ ਯਾਰ ਤੁਸੀਂ ਇੱਕ ਪਾੜ ਦੇਖਦੇ ਹੋ ਬੰਦੇ ਦਾ ਜੀ 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 ਕਿਸੇ ਵੇਲੇ ਜਦੋਂ ਇੱਕ ਥਾਂ ਤੋਂ ਰੋਜ਼ੀ ਰੋਟੀ ਨਾ ਚੱਲਦੀ ਹੋਵੇ ਨਾ ਤੇ ਦੂਜਾ ਨਾਲ ਕਰਨਾ ਪੈਂਦਾ ਹਾਂ ਭੁੱਖੇ ਥੋੜਾ ਮਰ ਜਾਣਾ ਬਿਲਕੁਲ ਮੈਨੂੰ ਲੱਗਦਾ ਆਪਾਂ ਐਪੀਸੋਡ ਖੋਲ੍ਹ ਕੇ ਦੱਸੀਏ ਕਿਉਂਕਿ بڑے ਬੰਦੇ ਅੱਜ ਦੀ ਡੇਟ ਚ ਹੋ ਸਕਦਾ ਲੱਗਦਾ ਹੋਵੇ ਪਿਆਰ ਕੈਮਰਾ ਉਧਰੋਂ ਆਨ ਹੋਣਾ ਮੈਂ ਸਾਹਮਣੇ ਛਾ ਜਾਣਾ ਤੇ ਅਗਲੇ ਦਿਨ ਮੈਂ ਸਟਾਰ ਹੋਣਾ ਇਦਾਂ ਹੁੰਦਾ ਨਹੀਂ ਸੋ ਮੈਨੂੰ ਅਸੀਂ ਉਹ ਸਟੋਰੀ ਜ਼ਰੂਰ ਦੱਸੀ ਆਪਾਂ ਹਾਂ ਬਿਲਕੁਲ ਉਹ ਉਦੋਂ ਜਦੋਂ ਮੈਂ ਕੰਮ ਕੀਤਾ ਸੀ ਨਾਲ-ਨਾਲ ਮੇਰਾ ਥੀਏਟਰ ਦਾ ਵੀ ਚੱਲਦਾ ਰਿਹਾ ਮੈਂ ਦੁਕਾਨ ਦੇ ਵਿੱਚ ਵੀ ਜਦੋਂ ਮੈਂ ਕੰਮ ਕੀਤਾ ਰੈਡੀमेड ਦਾ ਤੇ 70 ਕਿਲੋਮੀਟਰ ਦੇ ਵਿੱਚ ਬੈਲ ਬਾਟਮ ਨਹੀਂ ਹੁੰਦੀ ਸੀ ਹੂੰ ਬੈਲ ਬਾਟਮ ਜੀਨ ਸਾਡੇ ਏਰੀਆ 'ਚ ਮੈਂ ਹੀ ਵੇਚਦਾ ਸੀ ਕੱਲਾ ਹੂੰ ਔਰ ਉਦੋਂ ਜਿੰਨੇ ਕੱਪੜੇ ਹੋਰ ਲਿਆਉਣੇ ਕਰਨੇ ਐਕਸਪੋਰਟ ਦਾ ਬੰਗਲੌਰ ਤੋਂ ਇਧਰੋਂ ਵੀ ਉਦੋਂ ਵੀ ਇੱਕ ਹੁੰਦੀ ਸੀਗੀ ਵੀ ਯਾਰ ਹਾਂ ਵੀ ਪ੍ਰਿੰਸਾ ਕੱਪੜੇ ਬਾਤ ਕਹਿੰਦੇ ਹਾਂ ਉਹ ਵੱਖਰੇ ਲਿਆਉਂਦਾ ਹਾਂ ਅੱਡ ਵੀ ਉਹਦੇ ਸਿਰ ਤੇ ਮੈਂ ਗਾਂ ਚੱਲਦਾ ਗਿਆ ਚੱਲਦਾ ਗਿਆ ਹਰ ਚੀਜ਼ ਇਮਾਨਦਾਰੀ ਨਾਲ ਤੇ ਅੰਦਰੋਂ ਮਨੋਂ ਪ੍ਰੋਪਰ ਮਨੋਂ ਕਰੀਦੀ ਨਹੀਂ ਨਹੀਂ ਕਰੀਦੀ ਹੂੰ ਬਿਲਕੁਲ ਜੇ ਕਰਨੀ ਆ ਤਾਂ ਫਿਰ ਜਿਵੇਂ ਧੁਰ ਤੋਂ ਹੀ ਲੱਗ ਜਾਈਦਾ ਉਹ ਸੇਮ ਹੀ ਹੈ ਮੇਰਾ ਪੈਟਰਨ ਚੱਲਿਆ ਹੁੰਦਾ ਵੀ ਮੈਂ ਦੁਕਾਨ 'ਚ ਵੀ ਮੈਨੂੰ ਸਕਸੈਸ ਮਿਲੀ ਵਾਹਿਗੁਰੂ ਨੇ ਮਿਹਰ ਕੀਤੀ ਮੈਂ ਜੇ ਨਾਟਕ ਲਿਖੇ ਤਾਂ ਵੀ ਉਹ ਹੋਈ ਹੂੰ ਮੈਂ ਜੇ ਨਾਟਕ ਕਰਦਾ ਸੀ ਤੇ ਸਾਡੇ ਹੁੰਦਾ ਸੀ ਬਰਨਾਲੇ ਮਹਾਸ਼ਕਤੀ ਕਲਾ ਮੰਦਰ ਵਾਲੇ ਘਰੋਂ ਦੇ ਹੁੰਦੇ ਸੀ ਤਿੰਨ ਦਿਨਾਂ ਮੇਲਾ ਉਦੇ ਵਿੱਚ ਇੱਕ ਨਾਟਕ ਸੀ ਗਰਦੇਸ਼ ਜਗਦੇਵ ਢਿਲੋਂ ਦਾ ਲਿਖਿਆ ਹੋਇਆ ਮੈਂ ਉਹ ਚ ਰੋਲ ਕੀਤਾ ਉੱਚ ਮੇਰਾ ਇੱਕ ਹੀ ਡਾਇਲੋਗ ਸੀ ਆ ਪੂਰੇ ਨਾਟਕ ਚ ਸਾਰੇ ਨਾਟਕ ਚ ਉਹ ਕੀ ਸੀ ਡਾਇਲੋਗ ਇੱਕੋ ਹੀ ਮਾਂ ਦਾ ਇੱਕ ਇੰਜੈਕਸ਼ਨ ਟੇਕਰ ਆ ਉਹਦਾ ਉਹਦੇ ਵਿਆਹ ਉਹ ਵਿਆਹ ਚੋਂ ਫੇਰਿਆਂ ਤੋਂ ਪਹਿਲਾਂ ਭੱਜ ਕੇ ਆ ਗਿਆ ਪਾਰਕ ਚ ਲੁੱਕ ਕੇ ਅੱਛਾ ਉਹਨੇ ਇੰਜੈਕਸ਼ਨ ਲਾਉਣਾ ਆਪਦੇ ਉਹਦੇ ਜਗ੍ਹਾ ਨਹੀਂ ਬਚੀ ਕਿਤੇ ਵੀ ਅੱਛਾ ਅੱਜ ਵਿਆਹ ਉਹਨੇ ਕੋ ਲਾਸਥਾਂ ਜਿੱਥੇ ਉਹਨੇ ਇੰਜੈਕਸ਼ਨ ਲਾਉਣਾ ਔਰ ਉਹ ਬੰਦਾ ਬੈਕ ਕਰਦਾ ਸੀ ਇਦਾਂ ਕਰਕੇ ਹਮਮ ਔਰ ਮੈਂ ਕੋਟ ਪੈਂਟ ਐਸਾ ਲੈ ਕੇ ਰੱਖਿਆ ਸੀ ਵੀ ਪੈਂਟ ਨਾ ਆਮ ਕਪੜੇ ਦੀ ਵੀ ਨਾ ਹੋਵੇ ਜਦੋਂ ਮੈਂ ਛੱਡਾਂ ਬੈਕ ਕਰਕੇ ਲੋਕਾਂ ਤੋਂ ਹਮਮ ਤਾਂ ਪਟਾਕ ਦੇ ਨੇ ਥੱਲੇ ਪਵੇ ਅੱਛਾ ਉਹ ਇੰਨਾ ਹੀ ਸੀਗਾ ਮੈਂ ਬੈਕ ਕਰਦਾ ਉਹ ਪੈਂਟ ਛੱਡੀ ਵੀ ਤਾੜੀਆਂ ਵੱਜਦੀਆਂ ਹੁੰਦੀਆਂ ਸੀਆਂ ਉਹ ਸੀਨ ਤੇ ਹਮ ਸਿਰਫ ਇੰਨਾ ਹੀ ਪੈਂਟ ਤੇ ਕਿਉਂਕਿ ਉਹਦੇ 'ਚ ਮੇਰੀ ਇਮਾਨਦਾਰੀ ਕੀ ਸੀ ਮੈਨੂੰ ਇਹ ਗੱਲ ਦਾ ਪਤਾ ਸੀ ਮੈਂ ਕੱਪੜੇ ਦਾ ਕੰਮ ਕਰਦਾ ਸੀ ਜੇ ਕਾਟਨ ਜਾਂ ਆਮ ਕੱਪੜੇ ਗਰੇਸੇ ਮੋ ਆਦੀ ਹੋਈ ਇਹਨੇ ਥੱਲੇ ਨਹੀਂ ਡਿੱਗਣਾ ਨਹੀਂ ਹੂੰ ਹੂੰ ਉਹ ਡਿੱਗਦੀ ਸੀ ਬਸ ਉਹ ਤੋਂ ਬਾਅਦ ਇੰਜੈਕਸ਼ਨ ਲਾ ਕੇ ਪਹਿਲਾਂ ਫੋਨ ਆਉਂਦਾ ਚੱਕ ਨਹੀਂ ਰਾ ਆਪਣੀ ਮਾਂ ਨੂੰ ਕਹਿੰਦਾ ਵੀ ਹਾਂ ਮਾਂ ਬਸ ਇੰਨਾ ਹੀ ਕਰਦਾ ਉਹ ਇੰਨਾ ਕੀ ਸੀ ਮੇਰਾ ਉਹ ਅਸੀਂ ਬਾਹਰ ਖੜੇ ਸਵੇਰੇ 4 ਵਜੇ ਚੱਲ ਪਿਆ ਵੀ ਅਨਾਉਂਸਮੈਂਟਾਂ ਔਰ ਜਦੋਂ ਮੇਰਾ ਨਾਮ ਉਦੋਂ ਪ੍ਰਿੰਸ ਕੇਜ ਸਿੰਘ ਲਿਖਦਾ ਸੀ ਮੈਂ ਜਦੋਂ ਮੇਰਾ ਨਾਂ ਆਉਣਾ ਸ਼ੁਰੂ ਹੋਇਆ ਉੱਥੇ ਤੇ ਉੱਥੇ ਮੈਨੂੰ ਬੈਸਟ ਟਰੈਕਟਰ ਦਾ ਉਹਨਾਂ ਨੇ ਦਿੱਤਾ ਇਹਦੇ ਤੇ ਮੇਰੇ ਤੋਂ ਪਹਿਲਾਂ ਅੰਬਰਦੀਪ ਭਾਈ ਲੈ ਕੇ ਆਇਆ ਸੀ ਅੰਬਰਦੀਪ ਹਾਂਜੀ ਹਾਂਜੀ ਰਾਈਟਰ ਡਾਇਰੈਕਟਰ ਇਹ ਲੈ ਕੇ ਆਏ ਸੀਗੇ ਕੋਰਟ ਮਾਰਸ਼ਲ ਸੀਗਾ ਇੱਕ ਨਾਟਕ ਹਾਂ ਉਹਦੇ ਚ ਸਿਰਫ ਉੱਥੇ ਖੜੇ ਰਹਿੰਦੇ ਆ ਔਰ ਪਾਲੀ ਭਿੰਦਰ ਭਾਈ ਉੱਥੇ ਸੀਗੇ ਜੱਜ ਬੈਸਟ ਟਰੈਕਟਰ ਦਾ ਇਹਨੂੰ ਮਿਲਿਆ ਸੀ ਵੀ ਬੰਦਿਆ ਖੜਾ ਇੱਕੋ ਉਹਦਾ ਡਾਇਲੌਗ ਸੀ ਹੂੰ ਜਿਹਦਾ ਕੋਰਟ ਮਾਰਸ਼ਲ ਹੁੰਦਾ ਮੈਨੂੰ ਪਤਾ ਮੈਂ ਖੁਦ ਖੇੜਿਆ ਹੋਇਆ ਨਾਟਕ ਹੂੰ ਜੀ ਔਰ ਬੈਸਟ ਟਰੈਕਟਰ ਦਾ ਬਾਈ ਬਿਲ ਲੈ ਕੇ ਆਇਆ ਅਗਲੀ ਵਾਰੀ ਉਹਦੇ ਚੋਂ ਫਿਰ ਮੈਂ ਉੱਥੇ ਗਿਆ ਸੀ ਉਹ ਵੀ ਇਹ ਸਾਰਾ ਕੁਝ ਛੋਟੇ ਸੁਪਨੇ ਰਹੇ ਆ ਕੋਈ ਹੋਣ ਨਹੀਂ ਇਸੇ ਕਰਕੇ ਮੈਨੂੰ ਹੁਣ ਆਈ ਨਹੀਂ ਲੱਗਦਾ ਹੁੰਦਾ ਵੀ ਯਾਰ ਪਤਾ ਨਹੀਂ ਕੀ ਧੋਪ ਮਾਰ ਲਈ ਪਤਾ ਨਹੀਂ ਕੀ ਕਰ ਲਿਆ ਮੈਨੂੰ ਆਈ ਹੁੰਦਾ ਵੀ ਇੰਨਾ ਕੁ ਸੋਚਿਆ ਸੀ ਉਹਨਾਂ ਹੋ ਗਿਆ ਅੱਗੇ ਨੂੰ ਚੱਲਦੇ ਆ ਅੱਗੇ ਨੂੰ ਚੱਲਦੇ ਆ ਜਿੱਥੇ ਜਾਵਾਂਗੇ ਉਥੋਂ ਦਾ ਮਾਹੌਲ ਦੇਖਾਂਗੇ ਉਥੇ ਆਪਣੀ ਔਕਾਤ ਕਿੰਨੀ ਕਾ ਉਹਨਾਂ ਕੀ ਸੋਚਾਂਗੇ ਉਹ ਪੂਰਾ ਹੋ ਜਾਊਗਾ ਫਿਰ ਅੱਗੇ ਵਧਲਾਂਗੇ ਅੱਛਾ ਇੱਕ ਗੱਲ ਉਹ ਦੁਕਾਨ ਹੈਗੀ ਹੁਣ ਕਿ ਜਾਂ ਛੱਡ ਹੈਗੀ ਆ ਉੱਥੇ ਹੁਣ ਉਹ ਕਿਰਾਏ ਤੇ ਦਿੱਤੀ ਸੀਗੀ ਉਹ ਬ੍ਰਦਰ ਨੂੰ ਦੇ ਆ ਸੀ ਮੈਂ ਤੇ ਨਹੀਂ ਉਹ ਹੁਣ ਚੱਲਦੀ ਨਹੀਂ ਚੱਲਦੀ ਮੈਂ ਰੈਡੀमेड ਦਾ ਕੰਮ ਨਹੀਂ ਹੈ ਉੱਥੇ ਕਿਸੇ ਨੂੰ ਦੇਤੀ ਉਹ ਕਿਸੇ ਨੂੰ ਦੇਦੀ ਜੀ ਜੀ ਮੈਂ ਇੱਕ ਬੇਨਤੀ ਕਰਾਂ ਜਿਹੜੇ ਸੁਣਨ ਵਾਲੇ ਦੇਖਣ ਵਾਲੇ ਬੰਦੇ ਨੇ ਹੋ ਸਕਦਾ ਕਿ ਪ੍ਰਿੰਸ ਬਾਈ ਜੀ ਨੂੰ ਜਿਨ੍ਹਾਂ ਨੇ ਦੇਖਿਆ ਹੋਵੇ ਨਾ ਸਿਰਫ ਤੇ ਸਿਰਫ ਸਕਰੀਨ ਤੇ ਉਹ ਇਹਨਾਂ ਨੂੰ ਅਸਲ ਜ਼ਿੰਦਗੀ ਚ ਨਹੀਂ ਜਾਣਦੇ ਹੋਣਗੇ ਅੱਜ ਕੁਝ ਗੱਲਾਂ ਚਲੋ ਮੈਂ ਕਢਾ ਲੀਆਂ ਆਦਰਵਾਇਜ਼ ਮੈਂ ਜਾਣਦਾ ਇਹਨਾਂ ਨੂੰ ਤੇ ਜਿੰਨੀ ਗੱਲਬਾਤ ਆ ਮੇਰਾ ਖਿਆਲ ਤੁਸੀਂ ਸਾਡੀ ਹੁਣ ਤੱਕ ਸੁਣੀ ਦੇਖੀ ਹੋਣੀ ਹੈ ਇਹਦੇ ਵਿੱਚ ਜੇ ਕਿਤਾਬਾਂ ਦੀ ਗੱਲ ਪੜ੍ਹਾਈ ਦੀ ਗੱਲ ਤੁਸੀਂ ਸੁਣੀ ਹੋਵੇ ਤੇ ਮੇਰਾ ਖਿਆਲ ਤੁਹਾਨੂੰ ਥੋੜਾ ਜਿਹਾ ਆਈਡੀਆ ਹੋ ਜਾਣਾ ਕਿ ਵੀ ਇਹ ਜਿਹੜੀ ਮਿਹਨਤ ਤੁਹਾਨੂੰ ਸਕਰੀਨ ਦੇ ਜਾਂ ਪਰਦੇ ਦੇ ਉੱਪਰ ਨਜ਼ਰ ਆਉਂਦੀ ਆ ਇਹ ਅਸਲ ਦੇ ਵਿੱਚ ਉਹਨਾਂ ਕਿਤਾਬਾਂ ਚੋਂ ਨਿਕਲੀ ਆ ਉਸ ਗਿਆਨ ਚੋਂ ਨਿਕਲੀ ਆ ਜਿਹੜਾ ਕਿ ਇਹਨਾਂ ਨੇ ਪਹਿਲਾਂ ਹਾਸਲ ਕੀਤਾ ਸੀ ਹੁਣ ਜੇ ਕੋ ਬੰਦਾ ਇਹ ਸੋਚੇ ਇੱਕ ਨਾ ਮੇਰਾ ਖਾ ਥੋੜਾ ਡਾਇਲੋਗ ਪੁਰਾਣੀ ਕਿਸੇ ਫਿਲਮ ਦਾ ਨਾ ਉਹ ਭਈ ਸਾਗ ਤੇ ਮੈਂ ਹਾਂ ਠੰਡਾ ਸਾਗ ਠੰਡਾ ਹੀ ਖਾ ਲਉ ਹੂੰ ਉਹ ਕਰੈਕਟਰ ਜਿਸ ਤਰ੍ਹਾਂ ਦਾ ਸੀਗਾ ਤੇ ਉਸ ਕਰੈਕਟਰ ਨੂੰ ਤੁਸੀਂ ਜਿਸ ਤਰ੍ਹਾਂ ਨਿਭਾਇਆ ਹੂੰ ਹੂੰ ਹੋ ਸਕਦਾ ਵੀ ਬੜੇ ਬੰਦੇ ਸੋਚਦੇ ਹੁਣ ਵੀ ਜਿਵੇਂ ਪ੍ਰਿੰਸ ਕਮਲਜੀ ਥੋੜੇ ਵੀ ਜਿਵੇਂ ਆਪਾਂ ਪਿੰਡਾਂ 'ਚ ਤੁਰੇ ਫੇਰੇ ਪੜ੍ਹਾਈ ਲਿਖਾਈ ਨਾਲ ਕੁਲਣਨ ਦੰਨੇ ਆਪਾਂ ਪਰ ਅੱਜ ਤੁਹਾਨੂੰ ਸ਼ਾਇਦ ਇਹ ਗੱਲਾਂ ਸੁਣ ਕੇ ਪਤਾ ਲੱਗਿਆ ਹੋਵੇ ਕਿ ਯਾਰ ਉਹ ਸਿਰਫ ਕਿਰਦਾਰ ਹੁੰਦੇ ਨੇ ਜਿਹੜੇ ਪਰਦੇ ਦੇ ਅਗੇ ਨਿਭਾਏ ਜਾਂਦੇ ਬਿਲਕੁਲ ਅਸਲ ਦੇ ਵਿੱਚ ਉਹ ਆਪਾਂ ਕਹਿ ਸਕਦੇ ਵੀ ਆਪਣੇ ਸਮਾਜ ਦਾ ਸ਼ੀਸ਼ਾ ਹੀ ਹੈ ਜੀ ਬਿਲਕੁਲ ਹੁਣ ਜੇ ਤੇ ਆਪਾਂ ਉਹ ਸਾਰਾ ਕੁਝ ਉਹੋ ਹੀ ਪਸੰਦ ਕਰੀ ਜਾਣਾ ਆਪਾਂ ਪੜ੍ਹਾਈ ਲਿਖਾਈ ਵਾਲੇ ਪਾਸੇ ਚੰਗੀਆਂ ਚੀਜ਼ਾਂ ਵਾਲੇ ਪਾਸੇ ਆਉਣਾ ਹੀ ਨਹੀਂ ਤੇ ਫੇਰ ਆਪਾਂ ਇਹ ਵਰਕਾ ਪਾੜ ਦਈਏ ਕਿ ਜੇ ਆਪਾਂ ਇਹ ਸੋਚਦੇ ਆਂ ਵੀ ਸਾਡਾ ਥੀਏਟਰ ਸਾਡਾ ਸਾਡੇ ਨਾਟਕ ਜਾਂ ਸਾਡੀਆਂ ਫਿਲਮਾਂ ਦੇ ਉੱਪਰ ਜਾਣਗੀਆਂ ਤੇ ਜੇ ਆਪਾਂ ਚਾਹੋਣੇ ਆਂ ਵੀ ਉਹ ਸਾਰਾ ਕੁਝ ਉੱਪਰ ਜਾਵੇ ਤੇ ਫਿਰ ਆਪਾਂ ਨੂੰ ਮੇਰੇ ਖਿਆਲ ਦੱਖਣ ਭਾਰਤ ਵਾਲਿਆਂ ਵਾਂਗੂ ਸੋਚਣਾ ਪਊ ਸੋਚਣਾ ਪਊ ਬਿਲਕੁਲ ਨਹੀਂ ਬਿਲਕੁਲ ਬਈ ਸਾਨੂੰ ਥੋੜਾ ਜਿਹਾ ਆਪਦਾ ਜਿਹੜੀਆਂ ਬਾਰੀਆਂ ਨਾ ਦਿਮਾਗ ਦੀਆਂ ਸਾਰੀਆਂ ਹੀ ਬਾਰੀ ਜ਼ਰੂਰ ਇਹ ਚਾਰ ਜਾਂ ਆਹੀ ਨਹੀਂ ਹੈਗੀਆਂ ਬਹੁਤ ਬਾਰੀਆਂ ਉਹ ਸਾਰੀਆਂ ਹੀ ਖੋਲਣੀਆਂ ਪੈਣ ਆ ਫਿਰ ਜਾ ਕੇ ਥੋੜਾ ਜਿਹਾ ਲੱਗੂਗਾ ਵੀ ਯਾਰ ਹਾਂ ਠੀਕ ਆ ਕਦੇ ਇਧਰੋਂ ਆਉਂਦੀ ਆ ਹਵਾ ਕਦੇ ਇਧਰੋਂ ਆਉਂਦੀ ਆ ਕਦੇ ਇਧਰੋਂ ਆਉਂਦੀ ਜਿਹੜੀ ਚਾਰੇ ਪਾਸਿਆਂ ਵਾਲੀ ਹਵਾ ਸਾਨੂੰ ਸਾਰਿਆਂ ਦਾ ਸਵਾਦ ਆ ਜੂਗਾ ਹਾਂ ਨਹੀਂ ਅਸੀਂ ਇੱਕ ਪਾਸੇ ਵਾਲੀ ਹਵਾ ਲੈਂਦੇ ਰਹਿੰਨੇ ਆ ਉਹ ਕਰਦੇ ਨੇ ਫਿਰ ਉਹ ਗੱਲ ਨਹੀਂ ਬਣਦੀ ਜਿਹੜੀ ਹੁਣ ਜਿਵੇਂ ਤੁਸੀਂ ਕਿਤਾਬਾਂ ਦੀ ਗੱਲ ਕੀਤੀ ਹੁਣ ਨਹੀਂ ਪੜਦੇ ਹਮ ਆਪਣੇ ਸਾਡੇ ਕੋੜਕਪੂਰੇ ਤੇ ਫਰੀਦਕੋਟ ਉੱਥੇ ਲੱਗਦਾ ਮੇਲਾ ਹਾਂਜੀ ਮੇਲੇ ਦੇ ਵਿੱਚ ਕਿਤਾਬ ਵਿਕੀ ਹੂੰ 2 ਦਿਨਾਂ ਚ 2.5 ਲੱਖ ਦੀ ਅੱਛਾ ਮੈਂ ਬੜਾ ਖੁਸ਼ ਹੋਇਆ ਮੈਂ ਕਹਿ ਰਿਹਾ ਯੈਸ ਹੁਣ ਆ ਗਿਆ ਟਾਈਮ ਲੋਕ ਪਾਣ ਲੱਗੇ ਉਹ ਜਾਂ ਤਾਂ ਸਟੋਰੀ ਪਾਉਣ ਨੂੰ ਲੈ ਲਈ ਜਾਂ ਫੇਸਬੁੱਕ ਤੇ ਪਾਉਣ ਨੂੰ ਲੈ ਲਈ ਉਹ ਚੱਕੇ ਜਾਂ ਕੋਈ ਚਾਰ ਰਿਸ਼ਤੇਦਾਰ ਘਰੇ ਆਉਣਗੇ ਕਿਤਾਬਾਂ ਪਈਆਂ ਦੇਖ ਲੈਣਗੇ ਮੈਨੂੰ ਨਹੀਂ ਲੱਗਿਆ ਵੀ ਜੋ 2.5 ਲੱਖ ਦੀ ਕਿਤਾਬ ਵਿਕੀ ਸੀ ਸਾਡੇ ਉਥੇ ਵਾਲੇ ਦੁਆਲੇ ਨਾਤਾ ਇਹ ਅਭੀ ਕੋਈ ਬਜ਼ੁਰਗ ਹੀ ਸਾਰੀਆਂ ਕਿਤਾਬਾਂ ਲੈ ਕੇ ਲਾਈਆਂ ਤਾਂ ਯੂਥ ਨੇ ਹਮ ਗਿਆ ਤਾਂ ਯੂਥ ਉੱਥੇ ਬਿਲਕੁਲ ਪਰ ਉੱਥੋਂ ਜੋ ਆਉਟਪੁੱਟ ਨਿਕਲਣੀ ਸੀ ਜਾਂ ਕੋਈ ਸੀ ਉਹਦਾਂ ਦਾ ਕੁਝ ਨਹੀਂ ਦੇਖਣ ਨੂੰ ਮਿਲਿਆ ਹਮ ਕੋਈ ਉਹ ਨਹੀਂ ਸਾਡੇ ਸਿਹਤ ਸਵਾਦੀ ਮੀਟਿੰਗ ਕਰਦੇ ਹੁੰਦੇ ਸੀ ਉਹਨਾਂ ਦੇ ਵਿੱਚ ਜਿਹੜੇ ਪੁਰਾਣੇ ਬਜ਼ੁਰਗ ਗੁਰਤੇਜ ਬਾਈ ਦੇ ਫਾਦਰ ਸਾਹਿਬ ਘਵਾਰ ਵਾਲਾ ਸਾਹਿਬ ਉਹ ਹੋਗੇ ਜਿਹੜੇ ਪੁਰਾਣੇ ਉਵੇਂ ਚੱਲੀ ਆਉਂਦੇ ਆ ਇੱਕ ਵਾਰੀ ਮੈਂ ਜਾ ਕੇ ਆ ਉੱਥੇ ਉਹੀ ਬੈਠੇ ਨਹੀਂ ਉੱਥੇ ਦੇਖਣ ਨੂੰ ਮਿਲਣਾ ਸੀ ਹੂੰ ਵੀ 10 ਮੁੰਡੇ ਨਵੇਂ ਬੈਠੇ ਹੋਏ ਬਿਲਕੁਲ ਸਹੀ ਨਹੀਂ ਸਾਨੂੰ ਇਹ ਪਤਾ ਲੱਗਣਾ ਸੀਗਾ ਵੀ ਜੇ ਉਹ ਮੈਥ ਦੀ ਕਿਤਾਬ ਲਈ ਜਾਂਦਾ ਤਾਂ ਯਾਰ ਉਹਦੇ ਹੱਥ 'ਚ ਉਹ ਵੀ ਕਿਤਾਬ ਹੈਗੀ ਹੂੰ ਹੂੰ ਉਹ ਕਿਤੇ ਨਾ ਕਰਤੇ ਸਾਡੇ ਝੂਲਿਆਂ ਵਸਤਿਆਂ 'ਚ ਐ ਕਰਕੇ ਉਹ ਆਉਣੀਆਂ ਸ਼ੁਰੂ ਹੋ ਜਾਣੀਆਂ ਸੀ ਪਰਆਂੀਆਂ ਨਹੀਂ ਉਹ ਖਰੀਦੀਆਂ ਉਹ ਰੱਖਤੀਆਂ ਇਹ ਨਹੀਂ ਚਾਹੀਦਾ ਹੂੰ ਜਦੋਂ ਅਸੀਂ ਪੜਦੇ ਹਾਂ ਮੈਂ ਕੀ ਕਹਿਣਾ ਹੁੰਨਾ ਵੀ ਮੈਂ ਕਿਤਾਬ ਪੜੀ ਲਾਈਨਾ ਸ਼ਬਦ ਖਾਲੇ ਹੂੰ ਉਹੰਦਰ ਚਲੇਗੇ ਬਿਲਕੁਲ ਸਹੀ ਠੀਕ ਹੈ ਜੀ ਸੇਮ ਮੇਰੇ ਨਾਲ ਹੋਇਆ ਮੈਂ ਜਦੋਂ ਦੁਕਾਨ ਤੇ ਸੀ ਤਾਂ ਕਾਊਂਟਰ ਦੇ ਉੱਤੇ ਮੇਰੇ ਕਿਤਾਬਾਂ ਪਈਆਂ ਸੀ ਅੱਛਾ ਭੂਆ ਜੀ ਆਏ ਮੇਰੇ ਕੋਲੇ ਉਹਨਾਂ ਨੇ ਮੈਨੂੰ ਕਿਤਾਬਾਂ ਦਿੱਤੀਆਂ ਮੈਂ ਕਾਊਂਟਰ ਤੇ ਰੱਖ ਲਈਆਂ ਹੂੰ ਕੱਪੜਿਆਂ ਦੇ ਨਾਲ ਹੀ ਜੀ ਪੜੀ ਨਹੀਂ ਗਈ ਕੋਈ ਅੱਛਾ ਇੱਕ ਮੁੰਡਾ ਟ੍ਰਾਂਟੋ ਤੋਂ ਸੀਗਾ ਉਹ ਕਰਦਾ ਪਿਆ ਸੀ ਕਰਤਾਰ ਸਿੰਘ ਸਰਾਬੇ ਤੇ ਕੰਮ ਅੱਛਾ ਉੱਥੇ ਇੱਕ 30 ਰੁਪਏ ਦੀ ਕਿਤਾਬ ਪੁਰਾਣੀ ਸੀ 30 ਰੁਪਏ ਦੀ ਏਡੀ ਕਦਾਵੋ ਪਈ ਉਹਨੇ ਦੇਖੀ ਤੇ ਉਹਨੇ ਚੱਕ ਲਈ ਹਮਮ ਕਦਾ ਬਰੇ ਯਾਰ ਮੈਂ ਤਾਂ ਬੋਚਰ ਦਾ ਲਵਦਾ ਹੀ ਮੈਨੂੰ ਮਿਲੀ ਨਹੀਂ ਹਮ ਉਹ ਲੈ ਗਿਆ ਬੈਠੇ ਉਹਨੇ ਰਾਤ ਨੂੰ ਕਿਤੇ ਬੀਅਰਪੂਰ ਪੀਤੀ ਦੂਜੇ ਤੀਜੇ ਦਿਨ ਤੇ ਮੈਨੂੰ ਫੋਨ ਆ ਗਿਆ ਹਮ ਉਹ ਰੋਣ ਲੱਗ ਗਿਆ ਅੱਛਾ ਹੁਣ ਉਹਨੂੰ ਇਹ ਸੀਗਾ ਵੀ ਉਹ ਕਿਤਾਬ ਮੈਂ ਪੜ੍ਹੀ ਹੋਈ ਅੱਛਾ ਉਹਨੇ ਤਾਂ ਫੋਨ ਲਾਇਆ ਸੀ ਵੀ ਓਕੇ ਉਹ ਕਹੇ ਬਾਈ ਕੀ ਬਾਤ ਆ ਉਹ ਦੇਖੋ ਕੀ ਲਿਖਿਆ ਔਰ ਮੈਂ ਉਹਨੂੰ ਝੂਠ ਬੋਲੀ ਜਾਵਾਂ ਨਕਲੀ ਹਾਂ ਯਾਰਾਂ ਮੈਨੂੰ ਬਹੁਤ ਮਹਿਸੂਸ ਹੋਈ ਮੈਂ ਹਾਂ ਮੈਂ ਉਹ ਪੜ੍ਹਨੀ ਸ਼ੁਰੂ ਕਰ ਲਈ ਮੇਰੇ ਕੋਲੇ ਪਈ ਸੀ ਗਦਰ ਪਾਰਟੀ ਦਾ ਇਤਿਹਾਸ ਗਰਚਰਨ ਸਿੰਘ ਸੈਂਸਰੇ ਦੀ ਹੂੰ ਮੈਂ ਉਹ ਪੜ੍ਹਨੀ ਸ਼ੁਰੂ ਕਰ ਲਈ ਇੱਕ ਪੇਜ ਦੋ ਪੇਜ ਤਰੀਕਾ ਹੈ ਦੁਕਾਨ ਤੇ ਕਿੰਨਾ ਪੜ੍ਹ ਸਕਦੇ ਆ ਕੋਈ ਆ ਗਿਆ ਉਹਨੂੰ ਦਿਖਾਉਣ ਨੂੰ ਪੜਨ ਲੱਗ ਗਿਆ ਮੈਂ ਆਹ ਵੈਰੀ ਗੁੱਡ ਯਾਰ ਅੱਛਾ ਬੈਗਿਆ ਇੱਕ ਮਿੰਟ ਬਹਿ ਜਾ ਦੋ ਲੈਣਾ ਹੀ ਰਹਿ ਗਿਆ ਐਂ ਕਰਦੇ ਕਰਦੇ ਮਨ ਨੂੰ ਆਦਾ ਮੈਂ 70 80 ਪੇਜ ਪੜੇ ਤਿੰਨ ਛੱਡ ਤੇ ਦੋ ਅੱਗੋਂ ਇਧਰ ਹੂੰ ਮੈਂ ਉਹ ਸਾਈਡ ਨੂੰ ਰੱਖ ਤੀ ਬਸ ਮੈਂ ਕਰ ਫਾਇਦਾ ਦਾ ਕੋਈ ਹੋਇਆ ਨਹੀਂ ਹੂੰ ਪੜਨ ਦਾ ਹਾਂ ਵੀ ਠੀਕ ਆ ਪੜ ਲਈ ਉਹਦਾ ਕੁਝ ਨਿਕਲਤਾ ਰਿਆ ਨਹੀਂ ਸਾਨੂੰ ਆਦਤ ਆ ਨਾ ਵੀ ਹੁਣੇ ਹੀ ਉਹਦਾ ਕੁਝ ਨਿਕਲਿਆ ਹਾਂ ਵੀ ਕੁਝ ਹੁਣ ਕੀਤਾ ਕੋਈ ਸਬ ਨਿਕਲੇ ਹਾਂ 6 ਮਹੀਨੇ ਬਾਅਦ 7 ਮਹੀਨੇ ਬਾਅਦ ਮੇਰੇ ਕੋਲੇ ਪ੍ਰੋਫੈਸਰ ਸਾਹਿਬ ਆਵੇ ਸਾਡੇ ਇੰਗਲਿਸ਼ ਦੇ ਪ੍ਰੋਫੈਸਰ ਹੁੰਦੇ ਪ੍ਰੇਮ ਪ੍ਰਦੀਪ ਸਰ ਹੂੰ ਉਹਨਾਂ ਦਾ ਹੁੰਦਾ ਸੀਗਾ ਜਦੋਂ ਟਾਈਮ ਲੱਗਣਾ ਮੇਰੇ ਕੋ ਬਹਿ ਜਾਂਦੇ ਸੀ ਉਹ ਆ ਕੇ ਬਹਿ ਗਏ ਬੈਠੇ ਜਦੋਂ ਮੈਨੂੰ ਲੱਗਾ ਜਿਹੜਾ ਮੁੰਡਾ ਸ਼ੁਭ ਨਹੀਂ ਇੱਥੇ ਗਾਉਂਦਾ ਹਾਂਜੀ ਹਾਂਜੀ ਉਹਦੇ ਮਾਸੜ ਜੀ ਆ ਅੱਛਾ ਸਾਡੇ ਕੋੜਪੁਰ ਓਕੇ ਕੰਟੀਨਿਊ ਮੰਦਿਰ ਵਾਲਾ ਮੁੰਡਾ ਸੀ ਜਿਹੜਾ ਉਹਦਾ ਬ੍ਰਦਰ ਆ ਉਹਦੇ ਮਾਸੜ ਜੀ ਆ ਮੈਂ ਉਹ ਮਿਲਦਾ ਕਰਦਾ ਸੀ ਪ੍ਰੇਮ ਪ੍ਰਦੀਪ ਸਰ ਹੂੰ ਹੂੰ ਉਹ ਆ ਗਏ ਉਹਨਾਂ ਨੇ ਮੇਰੇ ਕੋ ਗੱਲ ਚੱਲ ਪਈ ਕਹਿੰਦੇ ਆ ਪਈਆ ਕੋਈ ਵਿਸ਼ਾ ਚੱਲ ਪਿਆ ਹੂੰ ਹੂੰ ਮੈਂ 1881 ਤੋਂ ਲੈ ਕੇ 1935 ਤਿੱਕਰ ਪੌਣਾ ਘੰਟਾ ਬੋਲਿਆ ਉਸ ਵਿਸ਼ੇ ਤੇ ਹਰੀ ਸਿੰਘ ਸੂਹ ਇੱਥੇ ਆਏ ਮੇਵਾ ਸਿੰਘ ਲੋਪੋ ਕੇ ਅਰਗੇ ਜਦੋਂ 1981 ਚ ਜੰਮਦੇ ਆ ਫੇਰ ਭਾਗ ਸਿੰਘ ਭਿੱਖੀ ਵੇਂਡ ਹੋਰ ਸਾਰੇ ਜਾਨੇ ਜਿਹੜਾ ਇੱਥੇ ਬੇਲਾ ਸਿੰਘ ਜਾਨ ਹੋਰ ਸਾਰੇ ਜਿਨੇ ਗੋਲੀਆਂ ਚਲਾਈਆਂ ਤੇ ਉਹਨੂੰ ਵੱਢ ਕੇ ਮਾਰਨ ਤਿੱਕਰ ਹਰੀ ਸਿੰਘ ਸੂਹ ਡਰ ਗਿਆ ਨੇ ਜਦੋਂ ਮਾਰਿਆ ਬੱਬਰਾਂ ਨੇ ਗਦਰ ਲਹਿਰ ਤੋਂ ਬੱਬਰ ਲਹਿਰ ਤਿੱਕਰ ਮੈਂ ਉਹਨਾਂ ਕੋਲੇ ਪੌਣਾ ਘੰਟਾ ਬੋਲ ਗਿਆ ਆ ਵੈਰੀ ਗੁੱਡ ਬਾਰੀ ਨਹੀਂ ਨ ਖੜਕਾਈ ਕਿਸੇ ਨੇ ਉਹ ਜਦੋਂ ਹੀ ਖੜਕੀ ਹਾਂ ਉਹ ਚੱਲ ਪਈ ਸਾਨੂੰ ਪੜਨਾ ਚਾਹੀਦਾ ਉਹ ਸਾਡੇ ਅੰਦਰ ਰਹੀ ਜਾਊਗਾ ਉਹ ਅਗਲੇ ਦਿਨ ਹੀ ਪਤਾ ਲੱਗਣਾ ਜਦੋਂ ਕਿਤੇ ਉਹ ਵਿਸ਼ਾ ਛਿੜੂਗਾ ਫਿਰ ਅਸੀਂ ਉਹ ਵਿੱਚ ਮਤਲਬ ਇਹ ਆ ਕਿ ਕਿਤਾਬਾਂ ਜੋ ਤੇ ਉਹ ਗਿਆਨ ਹਾਸਲ ਹੁੰਦਾ ਜਿਹੜਾ ਆਪਾਂ ਆਪਣੇ ਅੰਦਰ ਭਰ ਲੈਨੇ ਜਦੋਂ ਲੋੜ ਉਹ ਵਰਤ ਲੈ ਇਹ ਉਹੀ ਗੱਲ ਆ ਵੀ ਦੁਆਤ ਚ ਸਿਆਹੀ ਜ਼ਰੂਰ ਹੋਵੇ ਜਿੱਥੇ ਲੋੜ ਆ ਵਰਤ ਲੋ ਤੇ ਜੇ ਦਵਾਤ ਹੀ ਖਾਲੀ ਹੋ ਤੇ ਫੇਰ ਆਪਾਂ ਲਿਖਾਂਗੇ ਕਿ ਇਹ ਗੱਲਾਂ ਹੋ ਗਿਆ ਸਿਆਣੀਆਂ ਤੇ ਤੁਸੀਂ ਕਹਿਣਾ ਵੀ ਨਾ ਦੇ ਗੁਰਪ੍ਰੀਤ ਸਿੰਘ ਤੂੰ ਸਿਆਣੀਆਂ ਗੱਲਾਂ ਕਦੀ ਕੀਤੀਆਂ ਤੇ ਪ੍ਰਿੰਸ ਭਾਦ ਉਹ ਤੇ ਅਸੀਂ ਭੜਦੇ ਹੀ ਕੀਆ ਵੀ ਕਰ ਕੋ ਹੋਰ ਸੁਣਾਓ ਹੈ ਨਾ ਮੈਨੂੰ ਐ ਸੀ ਵੀ ਸਾਰਾ ਕੁਝ ਚੱਲਣਾ ਚਾਹੀਦਾ ਹੁੰਦਾ ਹਾਂ ਬਿਲਕੁਲ ਅਜਾ ਹੁਣ ਮੈਨੂੰ ਇਹ ਦੱਸੋ ਵੀ ਆ ਹੁਣ ਆਪਾਂ ਇੱਥੇ ਫਿਰਨਦੇ ਆ ਇਹ ਵੇਲੇ ਕੈਨੇਡਾ ਹੂੰ ਜਿੰਨੇ ਦਿਨ ਵੀ ਹੋ ਗਏ ਜੀ ਜੀ ਕਿ ਕਦਾਂ ਦਾ ਲੱਗਾ ਮਾਹੌਲ ਚਾਲੀ ਤੇ ਦੇਖੋ ਆਏ ਦੇਖਣ ਨੂੰ ਉਹ ਕਰਨ ਨੂੰ ਵਧੀਆ ਲੱਗਦਾ ਹੂੰ ਤੇ ਮੈਂ ਉਹੀ ਦੇਖਣ ਹੀ ਆਇਆ ਨਾ ਉਹ ਹੀ ਦੇਖਣਾ ਹੈ ਤੇ ਮੈਨੂੰ ਵਧੀਆ ਲੱਗ ਰਿਹਾ ਮौज ਹੈ ਮਾਹੌਲ ਹੈ ਨਿਆਰੇ ਬਾਸ ਨਿਆਰੇ ਬਾਹਰ ਜਦੋਂ ਗੱਲ ਕਰਦੇ ਕਿਉਂਕਿ ਜੇ ਮੈਂ ਕਿਤੇ ਮੈਨੂੰ ਬਾਹਰ ਦਾ ਡਰ ਲੱਗ ਜਾਂਦਾ ਵੀ ਕਿਤੇ ਮੈਂ ਡੈਫਤਕ ਡੰਗਾਈ ਚ ਗਿਆ ਤੇ ਮੈਂ ਨਿਕਲ ਨਹੀਂ ਸਕਣਾ ਉਹਦੇ ਚੋਂ ਤੇ ਫਿਰ ਫਾਇਦਾ ਨਹੀਂ ਕੋਈ ਤੇ ਫਿਰ ਆਪਾਂ ਉੱਪਰ 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 ਵਾਹ ਦੇਖੀਏ ਮਾਹੌਲ ਨਹੀਂ ਅੰਦਰੋਂ ਵੀ ਵਧੀਆ ਸਾਰਾ ਕੁਝ ਹੈ ਪਰ ਮੈਂ ਜੋ ਮਜ਼ਾ ਲੈ ਰਹੇ ਆਂ ਆਪਾਂ ਸਟੂਡੀਓ ਚ ਕਰਨੀ ਸੀ ਅਸੀਂ ਇੱਥੇ ਕਿਉਂ ਕਰਨ ਆਏ ਹਾਂ ਇਸ ਕਰਕੇ ਲੱਗੇ ਵੀ ਅਸੀਂ ਇੱਥੇ ਆ ਲొਕੇਸ਼ਨ ਮਾਹੌਲ ਵੀ ਕੈਨੇਡਾ ਚ ਫਿਰਦੇ ਬਸ ਸੇਮ ਹੈ ਮੇਰਾ ਇਹ ਮੈਨੂੰ ਵਧੀਆ ਲੱਗਦਾ ਵਧੀਆ ਲੱਗਦਾ ਮਤਲਬ ਕਹਿਣ ਦੋ ਇਹ ਹੋ ਗਿਆ ਜੀ ਵੀ ਚਲੋ ਚੰਗੀ ਗੱਲ ਹੈ ਸੋਣੀ ਥਾਂ ਆ ਤੇ ਜਿੱਥੇ ਅਸੀਂ ਆਏ ਆ ਬੇਸਿਕਲੀ ਇਹ ਇਹ ਪ੍ਰਿੰਸਪਾਈ ਜੀ ਕਮਿਊਨਿਟੀ ਦੇ ਲਈ ਆ ਗਰਾਊਂਡਸ ਬਣੀਆਂ ਨੇ ਜਿੱਥੇ ਜਿੰਨੇ ਜੋ ਗੇਮ ਖੇਡਣੀ ਆ ਉਹ ਜੀ ਸਤਕੇ ਖੇਡ ਲੈ ਛੋੜੇ ਨਿਆਣਾ ਲਈ ਪੰਘੂੜੇ ਆ ਵੱਡੀਆਂ ਗਰਾਊਂਡਾਂ ਨੇ ਉਧਰ ਦੂਸਰੇ ਪਾਸੇ ਰਾਤ ਨੂੰ ਫਲੱਡ ਲਾਈਟਾਂ ਵੀ ਲੱਗੀਆਂ ਨੇ ਵੀ ਇਹ ਕਹਿੰਦੇ ਰਾਤ ਨੂੰ ਖੇਡਣ ਉਹ ਵੀ ਖੇਡ ਲੋ ਹੁਣ ਇਹ ਉਹ ਸਹੂਲਤਾਂ ਨੇ ਫੈਸਿਲਿਟੀਆਂ ਨੇ ਜਿਹੜੀਆਂ ਕਿ ਸਰਕਾਰਾਂ ਦਿੰਦੀਆਂ ਨੇ ਬਿਲਕੁਲ ਉਹ ਗੱਲ ਬੱਕਰੀ ਇਹ ਚਲੋ ਟੈਕਸ ਵੀ ਲੈਂਦੇ ਆ ਪਰ ਮੈਨੂੰ ਇਹ ਆ ਵੀ ਟੈਕਸ ਤੇ ਆਪਾਂ ਉਧਰ ਵੀ ਦਿੰਨੇ ਆ ਬਿਲਕੁਲ ਉਹ ਉਹ ਕਹਿੰਦੇ ਵੀ ਟੈਕਸ ਤੁਸੀਂ ਤੁਹਾਡਾ ਦੇਣਾ ਤੁਹਾਡਾ ਫਰਜ਼ ਆ ਅੱਗੋਂ ਬਣਾਉਣਾ ਨਾ ਬਣਾਉਣਾ ਸਾਡੀ ਮਰਜ਼ੀ ਆ ਨਹੀਂ ਦੇਣਾ ਫਰਜ਼ ਨਹੀਂ ਉਹ ਕਹਿੰਦਾ ਅਸੀਂ ਧੱਕੇ ਨਾਲ ਲੈ ਲੈਣਾਂ ਵੀ ਤੁਸੀਂ ਸੜਕਾਂ ਤੇ ਜਾਓ ਉਹ ਲਵਾਂਗੇ ਤੁਸੀਂ ਗੱਡੀ ਲਾਉਂਗੇ ਫਿਰ ਉੱਥੇ ਟੈਕਸ ਆ ਫਿਰ ਤੁਸੀਂ ਪੈਸੇ ਲਿਆ ਤੁਸੀਂ ਜੀਐਸਟੀ ਆ ਗਈ ਆ ਜੀ ਉਹ ਜੀ ਮੈਨੂੰ ਤਾਂ ਪਹਿਲਾਂ ਪਤਾ ਨਹੀਂ ਸੀ ਹੁਣ ਜਦੋਂ ਦਾ ਆਹ ਪ੍ਰੋਜੈਕਟ ਕਰਦੇ ਯਾਨੀ ਕਿ ਵੀ ਠੀਕ ਪੈਸੇ ਮਿਲੇ ਪਤਾ ਤਾਂ ਕਦੇ ਮਿਲੇ ਜਾਂ ਨਹੀਂ ਮਿਲੇ ਉਹ ਠੀਕ ਪੈਸੇ ਮਿਲੇ ਫਿਰ ਪਤਾ ਲੱਗਾ ਵੀ ਇਹ ਤਾਂ ਇਹ ਤੋਂ ਤਾਂ ਟੈਕਸ ਵੀ ਦੇਣਾ ਪੈਣਾ ਹਾਂ ਔਰ ਤੁਸੀਂ ਦੇਖੋ ਮੈਨੂੰ ਉਹ ਕਹਿੰਦਾ ਵੀ ਜੀਐਸਟੀ ਨੰਬਰ ਲੈ ਲਾ ਉਹ ਮੈਂ ਕੁਦਰਤੀ ਸ਼ਾਪ ਵਾਲਾ ਮੇਰ ਕੋ ਸੀਗਾ ਅੱਛਾ ਮੇਰੇ ਧਿਆਨ ਦੇ ਨਹੀਂ ਸੀ ਔਰ ਮੈਂ ਇੰਨੇ ਸਾਲ ਸ਼ਾਪ ਕੀਤੀ ਐ ਮੈਨੂੰ ਨਹੀਂ ਪਤਾ ਕੁਝ ਹੂੰ ਤੁਸੀਂ ਦੇਖੋ ਵੀ ਬੰਦਾ ਰੱਖਿਆ ਹੋਇਆ ਉਹ ਕਰ ਲੈਂਦਾ ਮਨੀਮ ਕਰਤਾ ਉਹਨੇ ਜੋ ਕਰਤਾ ਠੀਕ ਆ ਤੁਸੀਂ ਕੋਈ ਵੀ ਚੀਜ਼ ਲੈਣੇ ਆ ਹੂੰ ਲੈਪਟਾਪ ਲਿਆ 70 72 ਹਜ਼ਾਰ ਦਾ ਲੈਪਟਾਪ ਹੂੰ 18% ਜੀਐਸਟੀ ਆ ਹੁਣ ਜਦੋਂ ਵੀ ਮੈਂ ਕੋਈ ਚੀਜ਼ ਲੈਣਾ ਤੇ ਮੈਂ ਉਹਨੂੰ ਕਹਿੰਨਾ ਵੀਰੇ ਮੇਰੇ ਨਾਂ ਦੇ ਤੇ GST ਵਾਲੇ ਬਿੱਲ ਤੇ ਕਾਟਾ ਹੂੰ ਉਹ 18% ਮੈਨੂੰ ਅੱਗੋਂ ਵਾਪਸ ਆ ਜਾਂਦਾ ਹੁਣ ਭਰਨਾ ਤਾਂ ਹੈਗਾ ਹੀ ਆ ਹੂੰ ਆਹੋ ਇਹ ਵੀ ਆ ਫਿਰ ਵੀ ਜੇ ਤੁਸੀਂ ਭਰਦੇ ਆ ਤਾਂ ਤੁਸੀਂ ਇਹ ਵੀ ਸਮਝ ਲਓ ਵੀ ਉਹ ਵਾਪਸ ਵੀ ਕਿਵੇਂ ਆਉਗਾ ਸਾਡੇ ਨਹੀਂ ਧਿਆਨ ਦਿੰਦੇ ਜਿਆਦਾ ਨਹੀਂ ਧਿਆਨ ਹੁਣ ਧਿਆਨ ਹੁਣ ਪਹਿਲਾਂ ਤੁਸੀਂ ਕਿੰਨਾ ਕਿੰਨਾ ਕਿੰਨੇ ਆ ਉਹੀ ਗੱਲ ਜਦੋਂ ਆਇਆ ਸੌਦਾ ਤੇ ਫੇਰ ਹੀ ਧਿਆਨ ਦਿੱਤਾ ਗਿਆ ਇਹਨਾਂ ਸੌਦਾ ਹੁੰਦਾ ਹੀ ਨਹੀਂ ਧਿਆਨ ਨਹੀਂ ਸੌਦਾ ਪਹਿਲਾਂ ਸ਼ੌਪ ਵੇਲੇ ਹੁੰਦਾ ਸੀ ਉਦੋਂ ਦਿੱਤਾ ਨਹੀਂ ਧਿਆਨ ਹਾਂ ਨਹੀਂ ਉਦੋਂ ਵੀ ਉਹਨਾਂ ਨਹੀਂ ਆਉਣਾ ਨਾ ਨਹੀਂ ਠੀਕ ਸੀ ਹੋ ਗਿਆ ਠੀਕ ਸੱਤ ਸੀ ਜਾਵਦਾ ਚਲੋ ਠੀਕ ਅਜਾ ਗੱਲਾਂ ਬਾਤਾਂ 'ਚ ਇਹ ਕੱਢੀਏ ਗੱਲ ਤੇ ਜੀ ਹੁਣ ਆਪਾਂ ਪੰਜਾਬੀ ਫਿਲਮ ਵਾਲੇ ਪਾਸੇ ਤੁਰਦੇ ਆ ਜੀ ਬڑے ਬੰਦੇ ਡਿਬੇਟ ਕਰਦੇ ਆ ਵੀ ਯਾਰ ਪੰਜਾਬੀ ਚੁਟਕਲੇ ਵੇਖਣਾ ਪਸੰਦ ਕਰਦੇ ਆ ਜੀ ਕਈ ਬੰਦੇ ਕਹਿਣਗੇ ਵੀ ਯਾਰ ਨਹੀਂ ਤੁਸੀਂ ਤਜਰਬੇ ਦਾ ਕਰੋ ਚੰਗੀਆਂ ਫਿਲਮਾਂ ਬਣਾਓ ਜੇ ਸਾਊਥ ਵਾਲਿਆਂ ਦੀ ਹਿੰਦੀ ਡੱਬ ਪੰਜਾਬੀ ਚ ਵੇਖ ਕੇ ਹਾਂਜੀ ਬਿਲਕੁਲ ਲੋਕ ਪੁਸ਼ਪਾ ਆਰ 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 ਦੇ ਹੋਰ ਪਤਾ ਨਹੀਂ ਕੇਜੀਐਫ ਕੀ ਕੋ ਚਲਾਉਂਦੇ ਆ ਤੇ ਪੰਜਾਬੀ ਕਿਉਂ ਨਾ ਚਲਾਉਣਗੇ ਫਿਰ ਉਹ ਤੁਹਾਡੀ ਵਾਰਨਿੰਗ ਦੀ ਐਗਜ਼ਾਮਪਲ ਆਉਂਦੀ ਆ ਜੀ ਵੀ ਯਾਰ ਉਹਨਾਂ ਵੀ ਤਾਂ ਵੱਖਰਾ ਕੀਤਾ ਹੀ ਸੀ ਜੀ ਤੀਸਰੀ ਡਿਬੇਟ ਉਹਦੇ ਤੇ ਜੀ ਆ ਜਾਂਦੀ ਆ ਵੀ ਯਾਰ ਉਹਨਾਂ ਸਾਰੀਆਂ ਚੀਜ਼ਾਂ ਦਾ ਦਾਇਰਾ ਘੇਰਾ ਬਹੁਤ ਵੱਡਾ ਹੈ ਉਹਨਾਂ ਇੰਡਸਟਰੀਜ਼ ਦਾ ਹਾਂ ਵੀ ਬਹੁਤ سارے ਆਰਟਿਸਟ ਨੇ ਬਹੁਤ سارے ਗਰੁੱਪਸ ਨੇ ਪ੍ਰੋਡਿਊਸਰਸ ਨੇ ਪ੍ਰੋਡਕਸ਼ਨ ਹਾਊਸਸ ਨੇ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਅਜੇ ਉਹਨਾਂ ਉਹਨੇ ਬੰਦੇ ਹੈ ਨਹੀਂ ਜੀ ਹੈਨਾ ਤੁਸੀਂ ਇਹਨਾਂ ਸਾਰਿਆਂ ਸਵਾਲਾਂ ਦਾ ਜੇ ਨਿਚੋੜ ਕੱਢ ਕੇ ਜਦੋਂ ਗੰਨਾ ਨਹੀਂ ਹੁੰਦਾ ਸੱਤਾਂ ਵਿੱਚ ਦੇ ਕੇ ਅਖੀਰ ਰੋਹ ਦਾ ਗਲਾਸ ਜਿਹੜਾ ਨਿਕਲਦਾ ਉਹ ਤੁਹਾਡੀ ਨਜ਼ਰ ਚ ਕੀ ਨਿਕਲਦਾ ਪੰਜਾਬੀ ਇੰਡਸਟਰੀ ਮੈਂ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਪਿੱਛੇ ਜਾਵੜੋ ਹਰ ਹਿੰਦੀ ਫਿਲਮ ਦੇ ਵਿੱਚ ਪੰਜਾਬੀ ਗਾਣਾ ਹੁੰਦਾ ਸੀ। ਹੂੰ ਤੁਸੀਂ ਪੁਰਾਣੀਆਂ ਫਿਲਮਾਂ ਦੇਖੋ ਜਾਂ ਪੁਰਾਣੀਆਂ ਪਾਰਟੀਆਂ ਦੀਆਂ ਵੀਡੀਓ ਅੱਜ ਕੱਲ ਫੇਸਬੁੱਕ ਇੰਸਟਾ ਤੇ ਆਉਂਦੀਆਂ। ਤੁਹਾਨੂੰ ਉਹਦੇ ਚ ਸਰਦਾਰ ਮਿਲਣਗੇ ਹੀ ਮਿਲਣਗੇ। ਹੂੰ ਡਿਸਟ੍ਰਿਬਿਊਟਰ ਪੰਜਾਬੀ ਬੋਲਦੇ ਹੁੰਦੇ ਸੀ। ਪ੍ਰੋਡਿਊਸਰ ਪੰਜਾਬੀ ਹੁੰਦੇ ਸੀ। ਧਰਮਿੰਦਰ, ਸੁਨੀਲ ਦੱਤ ਜਿੰਨੇ ਬੰਦੇ ਲੈ ਲਓ ਸਭ ਪੰਜਾਬੀ। ਫੇਰ ਅਸੀਂ ਕਿਵੇਂ ਕਹਿ ਦਾਂਗੇ ਵੀ ਦਾਇਰਾ ਨਹੀਂ। ਹੂੰ ਅੱਜ ਪਿੱਛੇ ਜਿਵੇਂ ਮੈਂ ਇੱਕ ਹਿੰਦੀ ਵੈਬ ਸੀਰੀਜ਼ ਦੇਖੀ ਉਹ ਸੌਰੀ ਕੀਤੀ ਹੈ। ਹੂੰ ਹੂੰ ਉਦੋਂ ਪਹਿਲਾਂ ਉਹਨਾਂ ਨੇ ਕਾਲੀ ਕਾਲੀ ਅੱਖੇ ਦੇ ਤਿੰਨ ਐਪੀਸੋਡ ਕਿਤੇ ਰੋਹੀ ਜਗਰਾਜ ਪੰਜਾਬੀ ਹਮ ਪੰਜਾਬੀ ਫਿਲਮਾਂ ਕਰਦੇ ਸੀ ਉਹਨੋਂ ਹਿੰਦੀ ਸੀਰੀਜ਼ ਕਰਦੇ ਪਏ ਤੁਸੀਂ ਉੱਥੇ ਜਦੋਂ ਕੇਸਰੀ ਆਈ ਸੀ ਹਮ ਹਮ ਬਾਈ ਆਪਣੇ ਉਹ ਵੀ ਜਿਨ੍ਹਾਂ ਨੇ 1984 ਤੇ ਹੋਰ ਫਿਲਮਾਂ ਕੀਤੀਆਂ ਬਿਲਕੁਲ ਵੀ ਬੈਠੇ ਆ ਸਾਰੇ ਅਸੀਂ ਪੰਜਾਬੀ ਉੱਥੇ ਹੀ ਆ ਦਾਇਰਾ ਸਾਡਾ ਬਹੁਤ ਵੱਡਾ ਗੱਲ ਉਹੀ ਆ ਵੀ ਬਾਰੀ ਖੜਕਾਉਣ ਦੀ ਤੇ ਜੇਰਾ ਕਰਨ ਦੀ ਥੋੜਾ ਜਿਹਾ ਪੰਜਾਬੀਆਂ ਦਾ ਜੇਰਾ ਤਾਂ ਮੰਨਿਆ ਹੀਗਾ ਮੈਨੂੰ ਤਾਂ ਇਹ ਲੱਗਦਾ ਵੀ ਚੱਲ ਪੈਣਾ ਚਾਹੀਦਾ ਐਡਾ ਚੱਕਰ ਹੀ ਨਹੀਂ ਕੋਈ ਹੁਣ ਤੁਸੀਂ ਦੇਖੋ ਕਲੀ ਜੁਟਾ ਹਮ ਕਿੱਡਾ ਸੀਰੀਅਸ ਸਬਜੈਕਟ ਬਿਲਕੁਲ ਸਹੀ ਤੇ ਪਿੱਛੇ ਜਿਉ 100 ਦਿਨ ਕਰ ਗਈ ਹਮ ਉਹ ਚ ਕੋਈ ਮੇਰਾ ਬਾਲਾ ਵੱਡਾ ਰੋਲ ਨਹੀਂਗਾ ਛੋਟਾ ਜਿਹਾ ਹੀ ਆ ਹਮ ਪਰ ਉਹ ਫਿਲਮ ਫਿਲਮਾਂ ਨੂੰ ਬਣਾਈ ਉੱਤੇ ਉਵੇਂ ਰਿਹਾ ਸਾਰੇ ਸਮਝਦਾਰ ਬੰਦੇ ਇਹ ਫਿਲਮ ਬਣਾਉਣ ਲਈ ਇਹ ਨਹੀਂ ਵੀ ਕੱਲਾ ਡਾਇਰੈਕਟਰ ਹੀ ਸਿਆਣਾ ਹੋਣਾ ਚਾਹੀਦਾ ਹਮ ਪ੍ਰੋਡਿਊਸਰ ਵੀ ਸਿਆਣਾ ਹੋਣਾ ਚਾਹੀਦਾ ਰਾਈਟਰ ਵੀ ਸਿਆਣਾ ਹੋਣਾ ਚਾਹੀਦਾ ਸਾਰਾ ਇੱਕ ਯੂਨਿਟ ਹੈ ਜਿਹੜਾ ਉਹ ਸਾਰੇ ਹੀ ਸਿਆਣੇ ਹੋਣੇ ਚਾਹੀਦੇ ਫਿਰ ਇੱਕ ਚੀਜ਼ ਬਣ ਜਾਂਦੀ ਹੈ ਹਮ ਅੱਜ ਕੱਲ ਮੌੜ ਦਾ ਜਿਵੇਂ ਕਿੱਡੀ ਕਾ ਮਾਹੌਲ ਆ ਕਿ ਐਸੀ ਲੱਗ ਰਹੀ ਲੋਕ ਖੁਚ ਰਹੇ ਅੰਗਰੇਜ਼ ਦੇਖ ਲੋ ਹਾਂ ਅੰਗਰੇਜ਼ ਉਦੋਂ ਉਹ ਬਣੀ ਫਿਲਮ ਔਰ ਮੈਂ ਇੱਕ ਮਿੱਤਰ ਮੇਰੇ ਮੈਨੂੰ ਮਿਲੇ ਉਹ ਪਹਿਲਾਂ ਪ੍ਰੋਡਿਊਸਰ ਸੀ ਹੁਣ ਡਾਇਰੈਕਟਰ ਵੀ ਹੈ ਉਹ ਕਹਿੰਦੇ ਇਹ ਫਿਲਮ ਮੈਨੂੰ ਸੁਣਾਈ ਸੀ ਹਮ ਕਹਿੰਦੇ ਸੀ ਬਣਾਈਏ ਇੱਕ ਉਹਨਾਂ ਨੇ ਪ੍ਰੋਡਿਊਸ ਕੀਤੀ ਸੀ ਅੰਬਰ ਬਾਈ ਯਾਰਗੇ ਸਿਮਰ ਬਾਈ ਯਾਰਗੇ ਦੇ ਨਾਲ ਤੇ ਉਹ ਕਹਿੰਦੇ ਮੈਂ ਕਹੇ ਰੇ ਕੌਣ ਕੌਣ ਵੇਖੂ ਕੌਣ ਵੇਖੂ ਪੁਰਾਣਾ ਪੰਜਾਬ ਦਾ ਕਹਿੰਦਾ ਮੈਂ ਆਪਦੀ ਲਾਈਫ ਦਾ ਸਭ ਤੋਂ ਰੋਂਗ ਫੈਸਲਾ ਮੰਨਦਾ ਹੂੰ ਵੀ ਉਹ ਮੇਰੀ ਝੋਲੀ 'ਚ ਸੀਗੀ ਮੇਰੇ ਬੰਦਿਆਂ ਕੋਲੇ ਤੇ ਅੱਜ ਉਹ ਫਿਰ ਬਾਹਰ ਚਲੀ ਗਈ ਸੇਮ ਐ ਸਾਨੂੰ ਅਸੀਂ ਫੇਰ ਕਿਤੇ ਪਛਤਾਉਣ ਲੱਗ ਜਾਂਦੇ ਆ ਚੀਜ਼ਾਂ ਹੈਗੀਆਂ ਸਾਰਾ ਕੁਝ ਹੈਗਾ ਸਾਨੂੰ ਕਰਨਾ ਚਾਹੀਦਾ ਹੂੰ ਹਰਥਾਂ ਪੰਜਾਬੀ ਬੈਠਾ ਹਰਥਾਂ ਸਾਰਾ ਕੁਝ ਹੁਣ ਤੁਸੀਂ ਮੋਲਾ ਜੱਟ ਦਾ ਹੀ ਲੈ ਲਓ ਹੂੰ ਪੰਜਾਬੀ ਸੀ ਹਾਂ ਕਿੰਨੇ ਪੈਸੇ ਕਰਕੇ ਗਈ ਕਿੰਨਾ ਉਹ ਕਰਕੇ ਗਈ ਆ ਸੋ ਕਹਿਣ ਤੋਂ ਬਾਅਦ ਵੀ ਤੁਸੀਂ ਕੁੱਲ ਮਿਲਾ ਕੇ ਭੁਵੇਖ ਰੌਸ਼ਨ ਦੇਖਦੇ ਹੋਂ ਪੰਜਾਬੀ ਇੰਡਸਟਰੀ ਜੀ 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 ਬੰਦੇ ਹੌਸਲਾ ਕਰਨ ਵਾਲੇ ਹੋਣ ਤੇ ਥੋੜਾ ਜਿਹਾ ਆਪਣਾ ਭਾਈਚਾਰਾ ਦੇਖਣ ਜਾਂ ਹਾਂ ਕਰਦੇ ਵੀ ਪਏ ਆ ਭਾਈਚਾਰਾ ਜਾਂਦਾ ਦੇਖਣ ਹੂੰ ਭਾਈਚਾਰਾ ਇੰਨਾ ਸਿਆਣਾ ਹੋ ਗਿਆ ਵੀ ਉਹਨੂੰ ਟਰੇਲਰ ਤੋਂ ਪਤਾ ਲੱਗ ਜਾਂਦਾ ਪਿੱਛੇ ਜੇ ਮੇਰੀ ਇੱਕ ਫਿਲਮ ਆਈ ਸੀ ਮੈਂ ਸਾਈਡ ਤੇ ਕੀਤਾ ਸੀ ਉਹ ਚ ਅੱਛਾ ਨਹੀਂ ਗਏ ਦੇਖਣ ਜਿਹੜੇ ਪੰਮੇ ਦੇ ਪਿੱਛੇ ਪ੍ਰਿੰਸੇ ਪਿੱਛੇ ਐ ਲੱਗਦਾ ਵੀ ਇਹ ਤਾਂ ਭੜ ਦੇਣਗੇ ਸਿਨੇਮੇ ਹਾਂ ਉਹ ਨਹੀਂ ਗਏ ਹੂੰ ਕਿਉਂਕਿ ਉਹ ਇਹ ਜੀ ਨਹੀਂ ਸੀ ਉਹ ਵਧੀਆ ਨਹੀਂ ਬਣੀ ਸੀ ਜੀ ਕਹਾਣੀ ਨਹੀਂ ਵਧੀਆ ਸੀ ਫਿਰ ਉੱਥੇ ਤੁਸੀਂ ਬੰਦਾ ਖੜਾ ਕੇ ਵੀ ਕੀ ਕਰ ਲੋਂਗੇ ਉਹ ਇਸ ਕਰਕੇ ਸਾਨੂੰ ਫਿਲਮਾਂ ਵਾਲਿਆਂ ਨੂੰ ਪ੍ਰੋਜੈਕਟ ਵੀ ਵਧੀਆ ਬਣਾਉਣੇ ਪੈਣਗੇ ਹੂੰ ਇਮਾਨਦਾਰ ਰਹਿਣਾ ਪਊਗਾ ਸਾਰਾ ਇਮਾਨਦਾਰ ਰਹਿਣਾ ਪਊਗਾ ਔਰ ਆਡੀਅנס ਆਉਂਦੀ ਐ ਹੂੰ ਔਡੀਅன்ஸ் ਆਉਂਦੀ ਆ ਦੇਖਣ ਕਿਉਂ ਨਹੀਂ ਆਉਂਦੀ ਸਾਰੇ ਆਉਂਦੇ ਗੋਡੇ-ਗੋਡੇ ਚਾ ਚੱਲੀ ਜਾਂਦੀ ਹਾਂ ਇਹ ਆ ਫਸਟ ਡੇ ਨਹੀਂ ਹੋਵੇਂ ਕਰਕੇ ਹੁੰਦਾ ਹੂੰ ਕਿਉਂਕਿ ਉਸ ਤੋਂ ਪਹਿਲਾਂ 10 ਐਸੀਆਂ ਆ ਚੁੱਕੀਆਂ ਹੁੰਦੀਆਂ ਇਹ ਯਕੀਨ ਨਹੀਂ ਭਾਈ ਜੱਲਾ ਕਹਿੰਦਾ ਦਫਾ ਕਰੋ ਹੈਨਾ ਫਿਰ ਉਹ ਜਦੋਂ ਇੱਕ ਚੰਗੀ ਆਉਂਦੀ ਆ ਹੌਲੀ-ਹੌਲੀ ਦੂਜੇ ਦਿਨ ਤੀਜੇ ਦਿਨ ਉਹ ਦੱਸਦੇ ਨੇ ਲੋਕੀ ਵੀ ਯਾਰ ਚੰਗੀ ਆ ਦੱਸਦੇ ਲੋਕੀ ਵਧੀਆ 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 ਤੇ ਫਿਰ ਉਹ ਹਟਦੀ ਨਹੀਂ ਮੈਨੂੰ ਲੱਗਦਾ ਕਲੀ ਜੋਟਾ ਹਜੇ ਵੀ ਲੱਗੀ ਰਹੀ ਉਹ ਆਹ ਨਹੀਂ ਸਹੀ ਗੱਲ ਚਲੋ ਇੱਕ ਗੱਲ ਤਾਂ ਇਹ ਕਲੀਅਰ ਹੋ ਗਈ ਕਿ ਭੋਇ ਇੱਕ ਤੁਸੀਂ ਚਲੋ ਰੌਸ਼ਨ ਦੇਖਦੇ ਹੋ ਹੁਣ ਜਿਹੜੀ ਗੱਲਾਂ ਥੋੜੀਆਂ ਜਿ ਮੈਨੂੰ ਲੱਗਦਾ ਸੀ ਕਿ ਵੀ ਕੁਝ ਵਿਸ਼ੇ ਤੋਂ ਫਿਲਮਾਂ ਤੋਂ ਹਟ ਕੇ ਕਰ ਲਈਏ ਐਵੇਂ 2-4 ਮਿੰਟ ਦੀ ਜੀ ਜੀ ਕੋਈ ਆ ਵੀ ਨੌਜਵਾਨੀ ਬਾਰੇ ਬੜਾ ਕਿਹਾ ਜਾਂਦਾ ਜੀ ਪੰਜਾਬ ਦਾ ਨੌਜਵਾਨ ਗਿਆ ਜੀ ਮੈਂ ਮੰਨਦਾ ਨਹੀਂ ਤੁਸੀਂ ਕੀ ਮੰਮੇ ਦੇਖੋ ਅਸੀਂ ਬੰਬੇ ਵੀ ਮੈਂ ਰਹਿ ਕੇ ਆਉਣਾ ਹੋਰ ਵੀ ਕਈ ਆ ਪਿੱਛੇ ਜੇ ਅਸੀਂ ਹਰਿਆਣੇ 'ਚ ਸ਼ੂਟ ਕਰਦੇ ਸੀ ਹਮਮ ਬਰਾਜੀ ਰਾਜਸਥਾਨ ਜਾਵੜੇ ਸ਼ੁਰੂ ਕਰਨ ਉਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਪੰਜਾਬ ਦਾ ਜਾਇਆ ਕਰਕੇ ਜਿਹੜੀਆਂ ਕੋਈ ਲੜਦੇ ਆ ਜਾਂ ਕੁਛ ਕਰਦੇ ਆ ਉਹ ਜਦੋਂ ਛਾਪਿਆਂ ਵਾਲੀ ਕਾਲਜ ਹੁੰਦਾ ਸੀ ਪਹਿਲਾ ਪੋਲੋ ਟੈਕਨੀਕਲ ਕਾਲਜ ਹੂੰ ਹੂੰ ਫਿਰ ਲੰਡੇ ਰੋਡੇ ਸੀਗਾ ਤੇ ਉਦੋਂ ਮੋਗੇ ਵਾਲੀ ਆਈਟੀਆਈ ਫਰੀਦਕੋਟ ਵਾਲੀ ਆਈਟੀਆਈ ਤੇ ਬੱਸਾਂ ਦੇ ਸ਼ੀਸ਼ੇ ਤਾਂ ਉਦੋਂ ਵੀ ਟੁੱਟਦੇ ਸੀ ਹੂੰ ਲੜਦੇ ਦੋ ਦੂ ਹੀ ਸਾਰਾ ਕੁਝ ਹੀ ਹੁੰਦਾ ਸੀ ਹੂੰ ਹੌਣ ਥੋੜਾ ਜਿਹਾ ਹੋ ਗਿਆ ਵੀ ਜਿਹੜਾ ਉਹਨਾਂ ਚੀਜ਼ਾਂ ਤੇ ਉਹ ਵਿਚਾਰਾਂ ਦੇ ਉੱਤੇ ਉਹ ਸੁਧਰ ਵੀ ਜਾਂਦੇ ਸੀ ਹੂੰ ਯੂਥ ਹੈ ਜਦੋਂ ਯੰਗ ਹੁੰਦਾ ਬੰਦਾ ਜਿਵੇਂ ਅਸੀਂ ਨਾਟਕਾਂ ਮੰਨੀ ਪੈ ਗਏ ਉਧਰ ਹੋ ਗਏ ਅਸੀਂ ਆਪਦੀ ਨਰਜੀ ਉੱਥੇ ਲਾਉਣ ਲੱਗੇ ਸਪੋਰਟਸਮੈਨ ਹੈ ਉਹ ਉਧਰ ਲੱਗ ਜਾਂਦਾ ਆਪਾਂ ਜੇ ਗਲਤ ਜਿਹੜੇ ਰੋਂਗ ਹੋਏ ਰਾਹ ਤੋਂ ਉਹ ਸਾਰੇ ਜਣੇ ਕੋਈ ਕਬੱਡੀ ਵਾਲਾ ਸੀ ਕੋਈ ਆਦੇ ਵਾਲਾ ਸੀ ਅਸਲ 'ਚ ਕੀ ਹੈ ਸਾਡੇ 'ਚ ਨਰਜੀ ਬਹੁਤ ਹੈ ਪੰਜਾਬੀਆਂ 'ਚ ਹੂੰ ਉਹ ਉਹ ਤਣ ਪੱਤਾ ਨਹੀਂ ਲਾਉਂਦਾ ਲਾਉਂਦਾ ਸਾਡੇ ਥੋੜਾ ਜਿਹਾ ਕਿਤੇ ਧਿਆਨ ਇਹ ਹੋ ਜੇ ਨਾ ਵੀ ਇਹਨਾਂ ਨੂੰ ਯੂਜ਼ ਕਿਵੇਂ ਕਰਨਾ ਜਦੋਂ ਉਵੇਂ ਨਹੀਂ ਹੁੰਦਾ ਤੇ ਫਿਰ ਮਨ ਦਿਮਾਗ ਭਟਕਦਾ ਉਧਰ ਨੂੰ ਚੱਲ ਪੈਂਦਾ ਅਜਾ ਪ੍ਰਿੰਸ ਬਾਈ ਜੀ ਇਹ ਦੱਸੋ ਵੀ ਹੁਣ ਜਦਾਂ ਸਾਰਾ ਕੁਝ ਚੱਲ ਪਿਆ ਹੁਣ ਕਦੀ ਵਾਸਤੇ ਚੜਿਆ ਹਾਂ ਹਾਂ ਮੈਂ ਇਹ ਮੇਰੇ ਫਸੇ ਰਹੀਂਦੀ ਗੱਲ ਕਿਉਂਕਿ ਮੈਨੂੰ ਪਾਤਰ ਕੈਰੈਕਟਰ ਦੇਖਣ ਨੂੰ ਉਹ ਕਰਨ ਨੂੰ ਉਹ ਮਿਲਦੇ ਨਹੀਂ ਆ ਉਹ ਥੋੜੇ ਜਿਹੇ ਉਹਵੇਂ ਹੋਗੇ ਤਾਂ ਨੂੰ ਤੇ ਬਹਿਣਾ ਉੱਠਣਾ ਉਵੇਂ ਬਣਾ ਲਿਆ ਇਹਦੇ ਲਈ ਫਿਰ ਸਾਡੇ ਇੱਥੋਂ 2.5 ਵਜੇ ਚੱਲਦੀ ਹੁੰਦੀ ਕੋਟਕਪੂਰੇ ਨੂੰ ਅੱਛਾ ਤੇ ਸਵੇਰੇ 7 ਵਜੇ ਪਹੁੰਚਦੀ ਆ ਬੱਸ ਉਹ ਅੱਛਾ ਉਹਦੇ ਫਿਰ ਮੂੰਹ ਸਿਰ ਬਣ ਕੇ ਗਈ ਵਰੀ ਮੈਂ ਬਹਿ ਜਾਣਾ ਵੇ ਨੋਟ ਕਰ ਲੋ ਜੀ ਰਾਤ ਨੂੰ 2:30 ਵਜੇ ਵਾਲੀ ਬੱਸ 'ਚ ਤੁਹਾਨੂੰ ਪ੍ਰਿੰਸ ਕਮਲਜੀਤ ਹੁਰੀ ਬੈਠੇ ਨਜ਼ਰ ਆ ਸਕਦੇ ਮੂੰਹ ਸਿਰ ਬੰਨ ਕੇ ਇਹ ਮੈਂ ਪਤਾ ਕਿਉਂ ਪੁੱਛੀ ਗਾ ਕਿਉਂਕਿ ਬੜਾ ਜ਼ਰੂਰੀ ਹੈ ਜਦੋਂ ਤੁਸੀਂ ਕਿਸੇ ਵੀ ਫੀਲਡ 'ਚ ਹੁੰਨੇ ਹੋ ਜੇ ਥੋੜਾ ਕਨੈਕਸ਼ਨ ਟੁੱਟ ਜੇ ਨਾ ਆਮ ਲੋਕਾਂ ਨਾਲ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਅਸਲ ਨਬਜ਼ ਤੋਂ ਦੂਰ ਹੋ ਜਾਂਦੇ ਹੋ ਬਿਲਕੁਲ ਮੈਂ ਇਹ ਤੁਹਾਨੂੰ ਤਾਂ ਸਵਾਲ ਵੀ ਪੁੱਛਿਆ ਸੀ ਵੀ ਇੱਕ ਐਕਟਰ ਹੋਣਾ ਹੋਰ ਚੀਜ਼ ਹੈ ਕਿਉਂਕਿ ਉਹਨੂੰ ਕਿਸੇ ਨੇ ਲਿਖ ਕੇ ਦੇ ਦੇਣਾ ਜੀ ਜੀ ਪਰ ਕਿਉਂਕਿ ਤੁਸੀਂ ਖੁਦ ਲਿਖਦੇ ਹੋ ਜੀ ਜੀ ਤੇ ਜਿੰਨੇ ਕੋਈ ਚੀਜ਼ ਨਵੀਂ ਬਣਾਉਣੀ ਹੋਵੇ ਉਹ ਜਦ ਤੱਕ ਜੜ ਤੱਕ ਨਹੀਂ ਜਾਉ ਉਹਨੂੰ ਪਤਾ ਨਹੀਂ ਲੱਗਣਾ ਮੁੰਡਾ ਵੀ ਕਹਿੰਦਾ ਬਿਲਕੁਲ ਇਹਦਾ ਮਤਲਬ ਬਾਸ ਤੇ ਤੁਸੀਂ ਚੜਦੇ ਆ ਤੇ ਖਾਹਿਸ਼ ਤਮੰਨਾ ਹੁਣ ਕੋਹਾ ਹੋਰ ਖਾਸ ਇੱਕ ਮੈਂ ਤੁਹਾਡੀ ਵੀਡੀਓ ਦੇਖੀ ਮੇਰੇ ਕੋਲ ਮੁੰਡੇ ਆਪਣੇ ਰੰਗਲੇ ਸਰਦਾਰ ਸੀਗੇ ਹਾਂ ਹਾਂ ਉਹ ਬੜੀ ਵਾਇਰਲ ਹੋਈ ਮੈਨੂੰ ਕਿਹਨੇ ਭੇਜੀ ਜੀ ਉਹ ਵੀ ਮੈਂ ਚਲੋ ਬੇਨਤੀ ਕਰਦਿਆਂ ਬੰਦੇ ਜਿਹੜੇ ਨੇ ਮੈਨੂੰ ਭੇਜੀ ਨਾਲ ਟਿੱਪਣੀ ਪਤਾ ਕੀ ਸੀ ਹਮ ਵੇ ਹੁਣ ਪੈਹਾ ਖੁੱਲਾ ਤੇ ਡਾਉਂਦਾ ਫਿਰਦਾ ਮੇਰਾ ਖਿਆਲ ਤੁਸੀਂ ਨੋਟ ਵੀ 500 500 ਦੇ ਮੈਂ ਤੁਹਾਨੂੰ ਦੱਸਦਾ ਉਹਦੇ ਵਿੱਚ ਕੀ ਸੀ ਮੈਂ ਉਹਦਾ ਜਵਾਬ ਨਹੀਂ ਦਿੰਦਾ ਪਰ ਮੈਂ ਵੈਸੇ ਹੀ ਮੇਰੇ ਦਿਮਾਗ ਚ ਇਤਹਾਸ ਉਹਦਾ ਤੁਹਾਨੂੰ ਮੈਂ ਦੱਸਦਾ ਆ ਰੰਗਲੇ ਸਰਦਾਰ ਮੁੰਡੇ ਆ ਨਾ ਜਿਹੜੇ ਉਹ ਬਾਗੇ ਪੁਰਾਣੇ ਗੋਲਦੇ ਆ ਮਨਿੰਦਰ ਅਰਗੇ ਔਰ ਉਹਦੇ ਚ ਮੈਂ ਇੱਕ ਗੱਲ ਹੋਰ ਦੱਸਣੀ ਜਾਊਂਗਾ ਉਹ ਚ ਜਿਹੜਾ ਮੁੰਡਾ ਸਰਦਾਰ ਮੇਨ ਗਾਉਂਦਾ ਹੁੰਦਾ ਸੀ ਉਹ ਮੁਸਲਮ ਭਾਈਚਾਰੇ ਚ ਉਹ ਪੱਗ ਬੰਨਦਾ ਬੜੇ ਲੋਕਾਂ ਨੂੰ ਨਹੀਂ ਸੀ ਪਤਾ ਇਹ ਕਲੀਅਰ ਕਰਦੇ ਉਹਨਾਂ ਦੇ ਤੁਸੀਂ ਘਰੇ ਜਾਓ ਉਹਦੀ ਮੰਮੀ ਦਾ ਅਮਰਸ਼ਾ ਕਿਆ ਹੋਇਆ ਉਹਦੇ ਡੈਡੀ ਦਾ ਅਮਰਸ਼ਾ ਕਿਆ ਯਾ ਵਾ ਇਹ ਤੋਂ ਵੱਡੀ ਗੱਲ ਨਹੀਂ ਹੈਗੀ ਔਰ ਜੇ ਅਸੀਂ ਇਹ ਬੰਦਿਆਂ ਦੇ ਲਈ ਨਹੀਂ ਖੜਾ ਮੇਰੇ ਕੋਲੇ ਤਾਂ ਜੇ ਲੱਖ ਦਾ ਨੋਟ ਹੁੰਦਾ ਮੈਂ ਤਾਂ ਲੱਖ ਦਾ ਸਿਰਦਾ ਹੂੰ ਜਦੋਂ ਕਿ ਮੈਨੂੰ ਭਾਨੇ ਬਾਈ ਨੇ ਕਿਹਾ ਵੀ ਬਾਈ ਕਹਿੰਦੇ ਵੀ ਕਿਵੇਂ ਆ ਬਾਈ ਨੂੰ ਮੈਂ ਕਹਿੰਦਾ ਵੀ ਬਾਈ ਮੜਾ ਲਾਇਓ ਉਹਨਾਂ ਨੇ ਵੀ ਲਾ ਦੇਣਾ ਸੀ ਮੈਨੂੰ ਕਿੰਨੇ ਵਾਰੀ ਪੁੱਛਿਆ ਵੀ ਆਪਾਂ ਕਿਹੜਾ ਵੀ ਇਹਨਾਂ ਨੂੰ ਹੁਣ ਘਾਟ ਥੋੜੀ ਆ ਹੁਣ ਮੇਰਾ ਵੀ ਚਲੋ ਪਿਆਰ ਬਣਿਆ ਹੋਇਆ ਵੀ ਕਿਹੜੇ ਨੂੰ ਕਹਿਣਾ ਕਿਹੜਾ ਸਿੰਗਰ ਲਾਉਣਾ ਪਾਏ ਕਰਨਾ ਮੇਰੇ ਮਨਚੀ ਸੀਗਾ ਉਹ ਮੁੰਡਿਆਂ ਦਾ ਕੋਈ ਬਹੁਤਾ ਜਿਆਦਾ ਮੈਂ ਨਹੀਂ ਦੇਖਿਆ ਕੀਤਾ ਜੀ ਮੈਂ ਇੱਕ ਵਾਰੀ ਵੈਸੀ ਹੀ ਕੰਮ ਕਰਦਾ ਪਿਆ ਸੀ ਉਹ ਅਮਰ ਜਲਾਲ ਜਿਹੜਾ ਤੇ ਰਨਾਸ਼ਾ ਮੈਂ ਉਹਨੂੰ ਵੀ ਕਾਲ ਕੀਤੀ ਮੈਂ ਵੈਬ ਸੀਰੀਜ਼ ਦੇ ਵਿੱਚ ਕਹਿੰਦਾ ਸੀਗਾ ਵੀ ਇਹਨਾਂ ਨੂੰ ਕੋਈ ਗੀਤ ਕਰਾ ਜੀ ਚਲੋ ਉਹ ਲੇਟ ਹੋ ਗਏ ਥੋੜਾ ਜਿਹਾ ਕਾਲ ਕਰਨ ਤੋਂ ਉਹਦੀ ਐਡ ਚ ਆ ਗਿਆ ਮੁੰਡਾ ਫਿਰ ਉਹ ਹਾਈਪ ਬਣ ਗਈ ਉਹਨਾਂ ਨੇ ਜਦੋਂ ਫਿਰ ਫੋਨ ਕੀਤਾ ਤਾਂ ਮੈਨੇਜਰ ਨੇ ਚੱਕਿਆ ਮੈਂ ਕਿਹਾ ਵੀ ਹੁਣ ਨਹੀਂ ਮੈਂ ਗੱਲ ਕਰ ਸਕਦਾ ਉਦੋਂ ਮੈਂ ਗੱਲ ਉਹਦੇ ਨਾਲ ਕੀਤੀ ਸੀ ਹੁਣ ਮਾਹੌਲ ਹੋਰ ਸੇਮ ਹੀ ਸੀਗਾ ਮੈਨੂੰ ਇੱਕ ਵੀ ਸਾਡੇ ਜਿੰਨੇ ਰਿਸ਼ਤੇ ਮੇਰੇ ਭਤੀਜੇ ਦਾ ਵਿਆਹ ਸੀ ਹਮ ਜਿੰਨੇ ਰਿਸ਼ਤੇਦਾਰ ਆਏ ਮੈਨੂੰ ਉਹਨਾਂ ਨੇ ਸ਼ਾਬਾਸ਼ ਦਿੱਤੀ ਜਿਹੜੇ ਮੈਨੂੰ ਕਈ ਮੇਰੇ ਡਾਇਲੌਗਾਂ ਤੇ ਜਾ ਹੁੰਵੇਂ ਮੈਨੂੰ ਕਹਿ ਵੀ ਦਿੰਦੇ ਸੀ ਯਾਰ ਕੀ ਉਹਨਾਂ ਨੇ ਸ਼ਾਬਾਸ਼ ਦਿੱਤੀ ਕਹਿੰਦੇ ਯਾਰ ਕੀ ਬਾਤ ਹਮ ਵੀ ਮਜ਼ਾ ਹੀ ਆ ਗਿਆ ਉਹਨਾਂ ਨੂੰ ਵੀ ਮਜ਼ਾ ਆਇਆ ਜਿੱਥੇ ਸਾਰੇ ਜਣੇ ਉਵੇਂ ਬੈਠੇ ਸੀਗੇ ਉਹਨਾਂ ਨੇ ਮੇਰੀ ਪੈਸੇ ਸੇ वैसे मैं उनों ते sittay हम मेरे नाल नितन वीरा सिगा उथे जेडे बुलाए सी उन 22 ने sittay नहीं भाई ने वैसे पछवाई उनों कोले ਵੀ यार मुंडे बहुत वधिया गाਉਂਦੇ ਪਏ ਜੇ ਅਸੀਂ ਇਹਨਾਂ ਦੀ ਕਦਰ ਨਹੀਂ ਕਰਾਂਗੇ ਤੇ ਫਿਰ ਦੂਜਾ ਸੌਦਾ ਆਊਗਾ ਦੂਜਾ ਸੌਦਾ ਆਊਗਾ ਮੇ ਮੇਰੀ ਕੋਸ਼ਿਸ਼ ਇਹੀ ਸੀ ਵੀ ਨਿਗ੍ਹਾ ਰਹਿਣੀ ਹੈ ਵੀ ਯਾਰ ਪੰਮੇ ਦੇ ਭਤੀਜੇ ਦਾ ਵਿਆਹ ਕੌਣ ਆਇਆ ਹਮ ਕਿਹੜਾ ਆਇਆ ਕਿਵੇਂ ਆਇਆ ਕਿਹਨੇ ਗਾਇਆ ਕਿਹਨੇ ਕੀਤਾ ਸਾਰੇ ਸੌਣ ਵਾਲੇ ਸੀਗੇ ਉਹਦੇ ਵਿੱਚ ਬਹੁਤ ਸਿੰਗਿੰਗ ਵਾਲੇ ਵੀ ਸੀ ਵੀਰੇ ਹੋਰ ਵੀ ਸਾਰੇ ਜਣੇ ਬਾਈ ਵੀ ਆਏ ਹੋਏ ਸੀ ਸਾਰੇ ਜਣੇ ਮੈਨੂੰ ਲੱਗਦਾ ਬਾਈ ਘੰਟਾ ਬਹਿ ਲੈਂਦੇ ਡੇਢ ਘੰਟਾ ਬਹਿ ਲੈਂਦੇ ਮੈਨੂੰ ਲੱਗਦਾ 3 3.5 ਘੰਟੇ ਬਾਈ ਪ੍ਰੋਪਰ ਸੁਣ ਕੇ ਕਰ ਕੇ ਰੋਟੀ ਪਾਣੀ ਖਾ ਕੇ ਕਹਿੰਦੇ ਯਾਰ ਮਜ਼ਾ ਆ ਗਿਆ ਨਹੀਂ ਸਹੀ ਮੈਂ ਮੈਂ ਨਾ ਤਾਂ ਜੇ ਅਸੀਂ ਨਾ ਅਸੀਂ ਨਾ ਨਾ ਮੈਂ ਲਿਟਰੇਰੀ ਜਾਂ ਮੈਂ ਥੀਏਟਰ ਨਾਲ ਜੁੜਿਆ ਜੇ ਮੈਂ ਨਾ ਉਹਨਾਂ ਦੇ ਉੱਤੇ ਸਿੱਟੂੰਗਾ ਹੋਰ ਕੌਣ ਸਿੱਟੇ ਇਹ ਗੱਲ ਬਿਲਕੁਲ 16 ਨੇ ਸੱਚਾ ਉਹ ਮੁੰਡੇ ਮੇਰਾ ਖਿਆਲ ਜਦੋਂ ਅਜੇ 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 ਉਹ ਖੂਹ ਤੇ ਪਾਉਂਦੇ ਉਹ ਵੀਡੀਓ ਆਜੇ ਉਹ ਉਹ ਵੀ ਨਹੀਂ ਸੀ ਹੋਏ ਵਾਇਰਲ ਉਦੋਂ ਦੇ ਮੈਂ ਉਹਨਾਂ ਨੂੰ ਮੈਂ ਕਿਹਾ ਯਾਰ ਜੇ ਇਹ ਮੁੰਡੇ ਇਹ ਕਿਸੇ ਚੰਗੇ ਲਿੱਥੀਆਂ ਆ ਗਏ ਤਾਂ ਕਿਤੇ ਚਲੇ ਜਾਣਗੇ ਉਹਨਾਂ ਦਾ ਹੁਣ ਹਿੰਦੀ ਵੈਬ ਸੀਰੀਜ਼ ਆ ਸੋਨੀ ਲਿਫਟ ਦੇ ਆਊਗੀ ਓਕੇ ਉਹਦੇ ਚ ਇੱਕ ਮੈਂ ਕਹਿ ਕੇ ਡਾਇਰੈਕਟਰ ਸਾਹਿਬ ਨੂੰ ਮੈਂ ਕਿਹਾ ਵੀ ਆ ਕਰ ਉਹਨਾਂ ਦਾ ਉਹਦੇ ਚ ਕਰਾਇਆ ਇੱਕ ਉਹ ਪੈਨ ਇੰਡੀਆ ਚੱਲੂਗੀ ਔਰ ਕਮਾਲ ਗਾਇਆ ਮੁੰਡਿਆਂ ਨੇ ਕਮਾਲ ਉਹਨਾਂ ਦੀ ਮੈਨੂੰ ਵਧੀਆ ਕਰ ਪਤਾ ਕੀ ਲੱਗੀ ਉਹ ਜੇ ਪਰਨਾ ਵਜਾ ਹੁੰਦਾ ਸੀ ਤਾਂ ਜੇ ਕੁੜਤਾ ਪਜਾਮਾ ਪਾਇਆ ਸੀ ਤਾਂ ਗਾਉਣ ਲੱਗ ਜਾਂਦੇ ਸੀ ਪਰ ਉਹਨਾਂ ਨੂੰ ਇਹ ਆ ਕਿ ਯਾਰ ਸੰਗੀਤ ਪਹੁੰਚਣਾ ਚਾਹੀਦਾ ਵਾਹ ਜਿਹੜੀ ਮੇਰੀ ਝਲਮਲ ਤਾਰਿਆਂ ਵਾਲੀ ਡਰੈੱਸ ਆ ਤੇ ਨਾਲ ਡਗੜ-ਡਗੜਿਆ ਤੇ ਪੰਜ ਚਾਰ ਬੰਦੇ ਹੋਰ ਰੌਲਾ ਰੱਪਾ ਵਾਲੇ ਤੇ ਇੱਕ ਅਬੀ ਬੌਂਸਰ ਵੀ ਰੱਖੇ ਹੁੰਦੇ ਆ ਬੌਂਸਰ ਰੱਖੇ ਸਰ ਨਹੀਂ ਮੈਮ ਇਹਨੂੰ ਬਹੁਤ ਸੰਘ ਹੁੰਦਾ ਨਹੀਂ ਨਹੀਂ ਲੋੜ ਹੀ ਨਹੀਂ ਕਦੀ ਮੈਨੂੰ ਆ ਦੇਖੋ ਆਪਣਾ ਪਿਆਰ ਆ ਮੈਨੂੰ ਦੋ ਚੀਜ਼ਾਂ ਕਹਿੰਦੇ ਹੁੰਦੇ ਜਿਵੇਂ ਮੈਂ ਮੜਾ ਕੇ ਚੱਲਿਆ ਸੀ ਮਾਮੇ ਦੇ ਮੁੰਡੇ ਕੋਲੇ ਤੇ ਜੈਤੋਬੰਨੀ ਨੂੰ ਨਿਕਲ ਕੇ ਗੱਲਾਂ ਮਾਰਦੇ ਧਿਆਨ ਨਹੀਂ ਰਿਹਾ ਹਰੀ ਰੋਬੰਨੀ ਦੀ ਜਾਣਾ ਸੀ ਜੈਤੋ ਤੋ ਮੈਂ ਹੁਣ ਕੀ ਕਰੀਏ ਉਹ ਕਹਿੰਦੇ ਬਈ ਮੱਤੇ ਵੇਚਦੀ ਪਾ ਲੈਨੇ ਅਸੀਂ ਮੱਤੇ ਵੇਚਦੀ ਕੱਢੀ ਤੇ ਗਾਂ ਸੂਰ ਕੁਰੀ ਦੇ ਕੋਲੇ ਜਾ ਕੇ ਮੈਂ ਕਿਹਾ ਰਾਹ ਪੁੱਛ ਲਈਏ ਮੈਨੂੰ ਬਹੁਤ ਚਿਰ ਹੋ ਗਿਆ ਇਹਨੂੰ ਚੌਂਕ 'ਚ ਖੜ ਗਿਆ ਸੀ ਐਤਵਾਰ ਦਾ ਦਿਨ ਸੀ ਤੇ ਪਰਾ ਮੁੰਡੇ ਉੱਥੇ ਸੀ ਤੇ ਇੱਕ ਮੁੰਡਾ ਉਹ ਅੰਗਹੀਨ ਸੀ ਸਾਈਕਲ ਵਾਲਾ ਸੀ ਹੁਣ ਜਿਹੜੇ ਇਹ ਬੰਦੇ ਹੁੰਦੇ ਆ ਇਹਨਾਂ ਨਾਲ ਤਿੰਨ ਚਾਰ ਜਨੇ ਵੈਸੇ ਹੀ ਹੁੰਦੇ ਆ ਹੂੰ ਵੀ ਇੱਕ ਉਹ ਐ ਰੌਣਕੀ ਹੁੰਦੇ ਉਹਨੂੰ ਪੁੱਛਿਆ ਮੈਂ ਕਿਹਾ ਵੀਰੇ ਉਹ ਯਾਰ ਅਸੀਂ ਮੜਾ ਕੇ ਜਾਣਾ ਸੀ ਉਹ ਐ ਝਾਕਣ ਲੱਗਾ ਤੇ ਖੜਾ ਲਿਆ ਉੱਥੇ ਘਟੋ ਘਟ 70 80 ਮੁੰਡੇ ਇਕੱਠੇ ਹੋ ਗਏ ਓਕੇ ਕਿਸੇ ਨੇ ਮੈਨੂੰ ਕੁਝ ਨਹੀਂ ਕਿਹਾ ਚਾ ਇਨਾ ਕਰਨ ਮੈਨੂੰ ਇੱਕ ਹੀ ਗੱਲ ਕਹਿੰਦੇ ਸੀ ਯਾਰ ਤੂੰ ਤਾਂ ਗੋਰਾ ਹੀ ਬਹੁਤ ਹੈ ਵੀ ਉਹਦੇ ਇੱਥੇ ਦੂ ਕਾਲਾ ਆਇਆ ਸੀ ਅੱਛਾ ਮੈਨੂੰ ਦੋ ਗੱਲਾਂ ਹੀ ਕਹਿੰਦੇ ਹੁੰਦੇ ਜਦੋਂ ਮੈਂ ਕਿਤੇ ਠੀਕ ਕੱਪੜੇ ਪਾਉਣਾ ਜਿਵੇਂ ਅੱਜ ਹੂੰ ਇਹ ਤਾਂ ਤੁਸੀਂ ਸੱਚ ਦੱਸਤਾ ਨਾ ਹੁਣ ਨਾ ਨਾ ਵੀ ਆਸ਼ੇ ਵੀ ਹਾਂ ਵੀ ਠੀਕ ਕੱਪੜੇ ਜਦੋਂ ਮੈਂ ਪਾਉਣਾ ਹੂੰ ਮੇਰਾ ਰੈਡੀमेड ਦਾ ਕੰਮ ਰਿਆ ਮੈਂ ਕੱਪੜੇ ਤਾਂ ਹੋਣਗੇ ਮੇਰੇ ਕੋਲ ਬਿਲਕੁਲ ਸਹੀ ਪਰ ਉਹ ਫਿਲਮਾਂ 'ਚ ਨਹੀਂ ਕਿਸੇ ਨੇ ਦੇਖਿਆ ਹੁੰਦਾ ਟੌਰ ਕੱਟੀ ਇਸ ਲਈ ਝਟਕਾ ਲੱਗਦਾ ਵੀ ਹੈ ਹਾਂ ਨਹੀਂ ਉਹ ਤਾਂ ਅਗਲੇ ਨੂੰ ਇਹੋ ਲੱਗਦਾ ਨਾ ਵੀ ਯਾਰ ਪੰਮੇ ਦੀ ਹੋ ਸਕਦਾ ਕਿ ਵੀ ਮਤਲਬ ਚਾਬਲ ਟੁੱਟੀ ਹੋਵੇ ਵਦਰੀ ਨਿਗਲੀ ਹੋਵੇ ਆਪਸੇ ਗਲ ਪੰਜ ਰੋਏ ਜਾਂ ਇਹ ਵੀ ਹੋ ਸਕਦਾ ਉਹ ਜਿਹੜੇ ਮੁੰਡੇ ਨੇ ਜਦੋਂ ਵੇਖਿਆ ਕਿ ਯਾਰ ਇਹ ਪੰਮਾ ਕਿਹਦੀ ਗੱਡੀ ਲਈ ਫਿਰਦਾ ਜਾਂ ਕਿਹਦੇ ਨਾਲ ਬੈਠਾ ਫਿਰਦਾ ਹਮ ਇਹ ਗੱਲ ਹੈਗੀ ਹੁਣ ਇਹ ਇਹ ਗੱਲਾਂ ਮੈਂ ਤਾਂ ਕਰ ਰਿਹਾ ਹੋ ਸਕਦਾ ਜੇ ਅਸੀਂ ਸਟੂਡੀਓ ਬੈਹਿੰਦੇ ਤੇ ਸ਼ਾਇਦ ਮੈਂ ਆ ਗੱਲਾਂ ਕਰਦਾ ਹੀ ਨਾ ਬਿਲਕੁਲ ਅਜੇ ਤਾਂ ਮੌਲਜਾ ਬਣਾਇਆ ਥੋੜਾ ਜਿਹਾ ਆਪਾਂ ਉੱਥੇ ਇੱਥੇ ਚਾਰੇ ਪਾਸਿਓ ਹਵਾ ਆਉਂਦੀ ਪਈ ਨਾ ਇੱਕ ਗੱਲ ਹੋਰ ਦੱਸ ਦਈਏ ਵੀ ਮੈਂ ਤਾਂ ਪੀ ਲਈ ਤੁਸੀਂ ਪੀ ਲਈ ਜਾਵੋ ਜਾ ਮੈਂ ਵੀ ਪੀ ਲੇ ਇਹ ਹੁਣ ਜੇ ਤਾਂ ਅਸੀਂ ਹੁੰਦੇ ਭਾਰਤ ਦੇਸ਼ ਮਹਾਨ ਚ ਉਹਦਾ ਇੱਕ ਸੋਖ ਹੈਗਾ ਸੀ ਵੇ ਹੁਣ ਤਾਂ ਜਾਣਾ ਸੀ ਉਹਨ ਨੂੰ ਹੁਣ ਮਜਬੂਰੀ ਹੈ ਵੀ ਸਾਨੂੰ ਉਹ ਬਕਸਾ ਜਾਂ ਨਹੀਂ ਲੱਭ ਆ ਜਾਂਦਾ ਕਿ ਜੇ ਲੱਭ ਗਿਆ ਤੇ ਫੇਰ ਹੀ ਉਹ ਸੁੱਟ ਦੇਣਗੇ ਨਹੀਂ ਤੂੰ ਉਹਨਾਂ ਚਿਰ ਤੁਸੀਂ ਚੱਲੋ ਨਾਲ ਚਲੋ ਟੈਮ ਮੋਡਨ ਵਾਲਿਆਂ ਦੀ ਮਸ਼ਹੂਰੀ ਸਹੀ ਸਹੀ ਅੱਛਾ ਇੱਕ ਗੱਲ ਹੋਰ ਕਰ ਲਈਏ ਆਪਾਂ ਜਿਹੜਾ ਇਹ ਕੰਮ ਚੱਲਦਾ ਵੀ ਯਾਰ ਜੇ ਤੁਸੀਂ ਵਿਖਾਵਾ ਕਰੋਗੇ ਬੌਂਸਰਾਂ ਵਾਲੀ ਗਲਤੀ ਮੈਂ ਕਰ ਰਿਹਾ ਹਾਂ ਬੌਂਸਰ ਚਾਹੀਦੇ ਆ ਗੱਡੀ ਭਾਵੇਂ ਆਪਾਂ ਕਿਰਾਏ ਤੇ ਕਰਕੇ ਵੱਡੀ ਲੈ ਕੇ ਜਾਈਏ ਜੀ ਜੀ ਫਿਰ ਜਿਹੜੀ ਚੀਜ਼ ਆਪਾਂ ਬਣਾ ਲਈ ਚਾਹੇ ਕੋਈ ਗਾਣਾ ਵੀਡੀਓ ਜਾਂ ਫਿਲਮ ਆ ਉਹਦੀ ਪ੍ਰੋਮੋਸ਼ਨ ਸਖਰ ਦੀ ਚਾਹੀਦੀ ਹੈ ਜੀ ਜੇ ਤੁਸੀਂ ਨਹੀਂ ਕੀਤੀ ਤੇ ਫਿਰ ਤੁਸੀਂ ਹੈ ਨਹੀਂ ਹੂੰ ਇਹ ਚੀਜ਼ਾਂ ਕਿੰਨੀਆਂ ਕ ਮੈਟਰ ਕਰਦੀਆਂ ਜਾਂ ਚੰਗੀ ਚੀਜ਼ ਮੈਟਰ ਕਰਦੀ ਵੀ ਜੇ ਚੰਗੀ ਚੀਜ਼ ਬਣਾਤੀ ਤੋ ਮੈਟਰ ਕਰੂ ਇਹ ਸਾਰੇ ਕਾਸੇ ਲਈ ਨਾ ਸਾਨੂੰ ਉੱਥੋਂ ਤੱਕਰ ਪਹੁੰਚਣਾ ਪੈਣਾ ਹੂੰ ਮੈਨੂੰ ਆਪਦਾ ਉਹ ਮਾਹੌਲ ਬਣਾਉਣਾ ਪਊਗਾ ਜਿਵੇਂ ਦੇਵਾਨੰਦ ਦੇ ਕਾਲਾ ਕੋਟ ਪੈਂਟ ਪਾਇਆ ਦੇਖ ਕੇ ਕੁੜੀਆਂ ਮਰ ਜਾਂਦੀਆਂ ਜੀ ਹੂੰ ਜਾਂ ਤਾਂ ਜਿਵੇਂ ਉਹ ਸਟਾਰ ਹੁੰਦੇ ਸੀ ਉੱਥੇ ਤੱਕ ਪਹੁੰਚਣਾ ਪੈਣਾ ਅਗਲੇ ਨੂੰ ਲੱਗੇ ਵੀ ਨਹੀਂ ਯਾਰ ਮਜਬੂਰੀ ਐ ਨਹੀਂ ਤਾਂ ਜਾਂ ਤਾਂ ਕੱਪੜੇ ਪਾੜ ਦੇ ਵੀ ਨਹੀਂ ਐਂ ਆਇ ਨਹੀਂ ਪਰ ਹੁਣ ਸਾਡੇ ਬਹੁਤ ਸਮਝਦਾਰ ਵੀ ਹੋ ਗਏ ਸਾਰੇ ਜਣੇ ਦੂਜੀ ਗੱਲ ਐ ਕਿਤੇ ਨਾ ਕਿਤੇ ਇਸ ਚੀਜ਼ ਦੀ ਲੋੜ ਪੈਂਦੀ ਐ ਵੀ ਉਹ ਬੰਦੇ ਨੇ ਆਪਦਾ ਨਾਂ ਇੰਨਾ ਬਣਾ ਲਿਆ ਹੁੰਦਾ ਕਿ ਉਹ ਜ਼ਰੂਰਤ ਪੈ ਜਾਂਦੀ ਐ ਹੂੰ ਮੈਨੂੰ ਹਲੇ ਤਾਂ ਹੁੰਦੀ ਹੈ ਸ਼ਰਮ ਵੀ ਜੇ ਮੇਰਾ ਬਹੁਤ ਉਵੇਂ ਨਾ ਬਣ ਗਿਆ ਫਿਰ ਉਦੋਂ ਨਾਲ ਹੋਣ ਹਾਂ ਮੈਨੂੰ ਐ ਲੱਗਦਾ ਵੀ ਜਦੋਂ ਟਿੱਕਰ ਮੈਂ ਉੱਥੇ ਜਾਣਾ ਉਦੋਂ ਟਿੱਕਰ ਸਾਰਾ ਕੁਝ ਠੀਕ ਹੋ ਗਿਆ ਹੋਊਗਾ ਉਦੋਂ ਕਹਿਣਗੇ ਜਮਾਂ ਹੀ ਨਹੀਂ ਲੋੜ ਵੀ ਮੇਰੇ ਨਾਲ ਹੋਈ ਆ ਓਕੇ ਵੀ ਜਿੰਨੀਆਂ ਔਖੀਆਂ ਚੀਜ਼ਾਂ ਹੁੰਦੀਆਂ ਉਹਨਾਂ ਦੀ ਆਪਾਂ ਤਿਆਰੀ ਕਰਨ ਲੱਗ ਗਏ ਨੇ ਜਦੋਂ ਕਰਦੇ ਆ ਉਹਦੇ ਮੁੱਕ ਜਾਂਦੀਆਂ ਉਹ ਸੌਖੀ ਇਹਦਾ ਯਾਰ ਬੜੀ ਸੌਖੀ ਹੋਗੀ ਅਸਲ 'ਚ ਅਸੀਂ ਉਹਦੀ ਤਿਆਰੀ ਬਹੁਤ ਕਰ ਲੈਨੇ ਆ ਬਿਲਕੁਲ ਸਹੀ ਜਿਵੇਂ ਹੁਣ ਆਪਾਂ ਤੁਸੀਂ ਗੱਲ ਕੀਤੀ ਵੀ ਆਹ ਕਰਨਾ ਹੈ ਹਰ ਚੀਜ਼ ਦੀ ਲੋੜਾ ਜਿਵੇਂ ਕਹਿੰਦੇ ਵੀ ਜੋ ਦਿਖਦਾ ਉਹ ਵਿਖਦਾ ਹਮ ਹਮ ਵੀ ਨਰਮਾ ਵਾਸ਼ਿੰਗ ਪਾਊਡਰ ਵਾਲਿਆ ਵੀ ਉਹਨਾਂ ਨੇ ਝੁੱਗੀਆਂ ਤੱਕਰ ਪਚਾਤਾ ਹਮ ਉਹ ਤਾਂ ਪਹੁੰਚਿਆ ਵੀ ਬਿਕਰਮਾ ਔਰ ਬਤਾਲ ਤੋਂ ਪਹਿਲਾਂ ਉਹਨਾਂ ਦੀ ਐਡ ਚੱਲਦੀ ਹੁੰਦੀ ਸੀ ਫਿਲਮ ਹੋਣ ਤੋਂ ਪਹਿਲਾਂ ਐਡ ਚੱਲਦੀ ਸੀ ਹਮ ਸੇਮ ਹੀ ਹੈ ਵੀ ਮਾਰਕੀਟਿੰਗ ਦਾ ਟਾਈਮ ਹੈ ਉਹ ਮੈਂ ਆ ਉਹ ਸਾਰਾ ਲੋੜ ਹੈ ਬਿਲਕੁਲ ਸਹੀ ਲੋੜ ਹੈ ਦੂਜੀ ਗੱਲ ਹਮ ਇਹ ਨਹੀਂ ਵੀ ਸਿਰਫ ਉਹ ਮੇਂ ਚੱਲੂਗਾ ਜੇ ਕਿਸੇ ਕੋਲੇ ਨਹੀਂ ਪੈਸਾ ਢੇਲਾ ਹੈਗਾ ਤੇ ਉਹ ਮਿਹਨਤੀ ਨਹੀਂ ਕਰੇ ਹਸਤਿੰਦਰ ਹਾਂ ਆਜੋ ਦਾ ਜਿਹੜਾ ਚੱਲਦਾ ਪਿਆ ਹੂੰ ਹੂੰ ਉਹ ਕੋਈ ਮਨ ਲਾਦਾ ਨਹੀਂ ਐ ਡੁੱਟ ਜਾਏ ਇੱਕੋ ਦਾ ਤੁਹਾਡੇ ਪਿੰਡ ਦਾ ਮੁੰਡਾ ਨਾਲ ਪੜਦਾ ਸੀ ਮੈਂ ਬਹੁਤ ਟਾਈਮ ਪਹਿਲਾਂ ਸੁਣਿਆ ਉਹ ਹੂੰ ਹੂੰ ਉਹਦੇ ਅੱਡੀ ਸਕੂਨਾ ਹੱਸਦੇ ਹੀ ਰਹਿੰਦੇ ਆ ਹੂੰ ਹਾਂ ਵੀ ਇਹ ਇਹ ਵੀ ਨਹੀਂ ਹੈਗਾ ਉਹ ਗੱਲਾਂ ਵੀ ਆਮ ਨੇ ਨਾ ਆਮ ਤੇ ਉਹ ਹੋ ਸਕਦਾ ਸੁਣਨ ਵਾਲੇ ਨੂੰ ਬਹੁਤਿਆਂ ਨੂੰ ਲੱਗਦੇ ਨੇ ਯਾਰ ਇਹ ਤਾਂ ਮੇਰੀ ਗੱਲ ਹੈ ਦੇਖੋ ਮੈਨੂੰ ਲੱਗਦਾ ਵੀ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੋ ਗਈ ਵੀ ਚਾਹੇ ਉਹ ਕਰੈਕਟਰ ਹੋਵੇ ਚਾਹੇ ਕੋਈ ਗੀਤ ਹੋਵੇ ਉਹ ਜਦ ਤੱਕ ਲੋਕਾਂ ਦੇ ਨੇੜੇ ਆ ਇਹਦਾ ਮਤਲਬ ਉਹ ਚੱਲਣੇ ਚੱਲਣਾ ਉਹਨਾਂ ਨੂੰ ਆਪਣਾ ਲੱਗਦਾ ਤੇ ਜਦੋਂ ਆਪਾਂ ਹਵਾ 'ਚ ਹੋ ਜਾਂਦੇ ਆ ਫਿਰ ਲੋਕ ਕਹਿੰਦੇ ਕੋਈ ਨਹੀਂ ਹੁਣ ਤੂੰ ਰਹਿ ਰਹਿ ਕਰ ਜਾਂਦੇ ਆ ਬਿਲਕੁਲ ਦੇਖੋ ਆਡੀਅנס ਆ ਲੋਕ ਆ ਦਰਸ਼ਕ ਆ ਉਹਨਾਂ ਚੋਂ ਹੀ ਅਸੀਂ ਉੱਠ ਕੇ ਗਏ ਹਾਂ ਹੂੰ ਪਹਿਲਾਂ ਤਾਂ ਉਹੀ ਸੀ ਨਾ ਜਦੋਂ ਨੇਰੀ ਚੱਲਦੀ ਸੀ ਜਿਵੇਂ ਅੱਜ ਗੱਲ ਕਰਦੇ ਸੀ ਵੀ ਪ੍ਰਿੰਸਾ ਵੀ ਉਹੀ ਸੀ ਵੀ ਇਧਰ ਉਹ ਨੇਰੀ ਆਉਂਦੀ ਆ ਵਾਲ ਖੁੱਲੇ ਜੂڑا ਜਾਂ ਕੀਤਾ ਵੀ ਐ ਕਰਕੇ ਦੇਖਦਾ ਵੀ ਤੁਰਿਆ ਜਾਂਦਾ ਕਿ ਨਹੀਂ ਸੇਮ ਹੀ ਐ ਸੀ ਹਾਂ ਵੀ ਸਾਰੇ ਹੀ ਕਰਦੇ ਉਹ ਹੈ ਤਾਂ ਉਦਾਂ ਦੇ ਹੀ ਬਸਤਾ ਲੈ ਕੇ ਸਕੂਲੇ ਜਾਂਦੇ ਸੀ ਅੱਧੀ ਛੁੱਟੀ ਭੱਜ ਵੀ ਜਾਂਦੇ ਸੀ ਉਹ ਸਾਰਾ ਕੁਝ ਆਮ ਹੈ ਅੱਛਾ ਕੋਈ ਯਾਦ ਜਿਹੜੀ ਬਹੁਤ ਕਸੂਦੀ ਹੋਵੇ ਕਈ ਵਾਰ ਸੁਣਾਈ ਹੋਵੇ ਤੇ ਹਾਸਾ ਬਹੁਤ ਆਉਂਦਾ ਵੀ ਯਾਰ ਪ੍ਰਿੰਸ ਉਹ ਗੱਲ ਸੁਣਾ ਸੋ ਮੈਨੂੰ ਇਹ ਵੀ ਹੋ ਸਕਦਾ ਤੁਹਾਡੇ ਨੇੜਲੇ ਸੱਜਣਾ ਮਿੱਤਰਾ ਸੁਣੀ ਹੋਵੇ ਜਿਹੜੇ ਚਾਉਣ ਵਾਲੇ ਨੇ ਵੇਖਣ ਵਾਲੇ ਉਹਨਾਂ ਤੱਕ ਨਾਮ ਪਹੁੰਚੀ ਹੋਵੇ ਅੱਜ ਸੁਣਾਈਏ ਉਹ ਆਂ ਦੀ ਜਾਂ ਤਾਂ ਮੈਨੂੰ ਲੱਗਦਾ ਹੁੰਦਾ ਵੀ ਮੇਰੀਆਂ ਸਾਰੀਆਂ ਗੱਲਾਂ ਹੀ ਹਾਸੇ ਵਾਲੀਆਂ ਹੁੰਦੀਆਂ ਕੋਈ ਇੱਕ ਆਉਣ ਦਿਓ ਕੋਈ ਇੱਕ ਆਉਣ ਦਿਓ ਇਹ ਮੈਂ ਤਾਂ ਚਾਹਣਾ ਹੈ ਕਿ ਵੀ ਕਿਸੇ ਵੇਲੇ ਨਾ ਬੰਦਾ ਜਦੋਂ ਗੱਲ ਕਰਦਾ ਸੁਣਦਾ ਨਾ ਤੇ ਉਹਨੂੰ ਇੱਕ ਡਿਫਰੈਂਟ ਰੰਗ ਪਤਾ ਲੱਗਦਾ ਹੋ ਸਕਦਾ ਵੀ ਪ੍ਰਿੰਸ ਕਮਲਜੀਤ ਦਾ ਇੱਕ ਵੱਖਰਾ ਰੰਗ ਵੀ ਪਤਾ ਲੱਗਦਾ ਉਸ ਕਾਲ ਚ ਸਿਆਣੀ ਗੱਲ ਨਹੀਂ ਚਾਹੀਦੀ ਮੈਂ ਤੁਹਾਨੂੰ ਪਹਿਲਾਂ ਦੱਸੀ ਹੈ ਨਾ ਬਹੁਤ ਕਰ ਲੀਆਂ ਬੰਮਰ ਹੋ ਸਕਦਾ ਅਗਲੇ ਕਹਿੰਦਾ ਓਏ ਤੂੰ ਇਹ ਗਿਆਨ ਹੀ ਵੰਡਿਆ ਨੇ ਚਾਹ ਤੁਹਾਨੂੰ ਕਾਦੀ ਪਿਆਤੀ ਹਾਂ ਇੱਕ ਜ਼ਰੂਰ ਹਾਂ ਹੁੰਦਾ ਸੀ ਵੀ ਫਿਲਮਾਂ ਦਾ ਬਹੁਤ ਅਸਰ ਸੀ ਅੱਛਾ ਤੇ ਜਦੋਂ ਵੀਸੀਆਰ ਆਇਆ ਹੂੰ ਹੂੰ ਦੋ ਚੀਜ਼ਾਂ ਦਿਮਾਗ 'ਚ ਚੱਲਦੀਆਂ ਥੋੜੇ ਟਾਈਮ ਬਾਅਦ ਵੀਸੀਪੀ ਆ ਗਿਆ ਹਾਂ ਜਦੋਂ VCR ਆ ਗਿਆ ਤੇ VCP VCP ਗਰਮ ਛੇਤੀ ਹੋ ਜਾਂਦਾ ਸੀ ਉਹ ਇੱਕ ਅੱਧੀ ਫਿਲਮ ਲਈ ਫਿਰ ਡੰਡਾ ਕਰਨਾ ਪੈਂਦਾ ਸੀ ਇਹ ਦੋਨੇ ਜਦੋਂ ਆਏ ਤਾਂ ਦੋ ਹੀ ਦਿਮਾਗ 'ਚ ਗੱਲਾਂ ਚੱਲਦੀਆਂ ਹੁੰਦੀਆਂ ਸੀ VCR VCR ਵਾਲੇ ਦੇ ਲੱਗ ਜੀ ਸਾਡੇ 나ਥੀ ਹੁੰਦਾ ਸੀ ਉਹਦੇ ਉਹੀ ਪੁੱਛਣ ਜਾੜਾ ਕਹਿੰਦਾ ਵੀ ਅੰਕਲ ਕਿੰਨੇ ਪੈਸੇ ਦੇਂਗਾ ਜੇ ਜਾਇਆ ਕਰੀਏ ਅਸੀਂ ਅੱਛਾ ਨਾਲ ਤੇ ਨਾਲ VCR ਵਾਲੇ ਦੇ ਲੱਗ ਜੀ ਇਹ ਫਿਲਮਾਂ ਤਾਂ ਦੇਖਿਆ ਕਰਾਂਗੇ ਨਾ ਜਿਹੜੀ ਨਵੀਂ ਆਉਂਦੀ ਹਰੇਕ ਮਤਲਬ ਇਹ ਇਹ ਮੈਂ ਦੱਸਦਾ ਜਿਹਨੂੰ ਨਹੀਂ ਪਤਾ ਲੱਗੀ ਗੱਲ ਵੀ ਵੀਸੀਆਰ ਤੇ ਟੀਵੀ ਲੋਕ ਕਿਰਾਏ ਤੇ ਲੈ ਕੇ ਜਾਂਦੇ ਸੀ ਫਿਲਮ ਦੇਖਣ ਲਈ ਪਹਿਲਾਂ ਐਂਡ ਪ੍ਰਿੰਸ ਬਾਈ ਜੀ ਦੇ ਸੋਏਦੇ ਸੀ ਯਾਰ ਵੀ ਮੈਂ ਇਹਦੇ ਨਾਲ ਕੰਮ ਤੇ ਲੱਗ ਜਾ ਹਾਂ ਦੂਜੀ ਮੇਰੇ ਚਾਚੇ ਦਾ ਮੁੰਡਾ ਸ਼ਕੀਨ ਸੀ ਉਹ ਲੱਗ ਵੀ ਗਿਆ ਸੀਗਾ ਅੱਛਾ ਉਹ ਏਸੇ ਗੱਲ 'ਚ ਲੱਗ ਗਿਆ ਵੀ ਯਾਰ ਕਦੇ ਰਾਤ ਨੂੰ ਇੱਧਰ ਦੇਖਣ ਜਾਣਾ ਪੈਂਦਾ ਕੋਈ ਅੰਦਰ ਵਾਰਦਾ ਕੋਈ ਨਹੀਂ ਵਾਰਦਾ ਉਹ ਰਾਤ ਦੀ ਡਿਊਟੀ ਉਹਨੇ ਲੈ ਲਈ ਕਹਿੰਦਾ ਮੈਨੂੰ ਜਿੰਨੇ ਮਰਜ਼ੀ ਦੇ ਦਿਆ ਕਰੀ ਵੀ ਮੈਂ ਲੱਗ ਜਾਂਦਾ ਚੰਨੀ ਹੁਣ ਹੈ ਨਹੀਂ ਉਹ ਦੂਜਾ ਹੁੰਦਾ ਸੀਗਾ ਸਾਡੇ ਨਰਿੰਦਰ ਸਿਨੇਮਾ ਸੀ ਪਹਿਲਾਂ ਉਹਦਾ ਨਾਂ ਕੁਲਦੀਪ ਸਿਨੇਮਾ ਹੁੰਦਾ ਸੀ ਉਹ ਸਾਡੇ ਸਕੂਲ ਦੇ ਨਾਲ ਹੀ ਸੀ ਵੀ ਅਸੀਂ ਜਦੋਂ ਹੀ ਜਾਣਾ ਤਾਂ ਕਾਪੀਆਂ ਜਿਹੜੀਆਂ ਬਾਹਰ ਉਹ ਲੱਗੇ ਹੁੰਦੇ ਛੋਟੇ ਫਿਲਮ ਨਹੀਂ ਦੇਖ ਸਕਦੇ ਸੀ ਉਹ ਦੇਖਣੀ ਕਾਪੀਆਂ ਤੇ ਆਪਦੀ ਕਹਾਣੀ ਬਣਾ ਲਿਆ ਕਰੀ ਵੀ ਆਏ ਅਗਲੇ ਨੂੰ ਲੱਗੇ ਵੀ ਦੇਖੀ ਵੀ ਇਹਨਾਂ ਦੀ ਅੱਛਾ ਉੱਥੇ ਹੁੰਦਾ ਸੀ ਮੀਕਾ ਉਹ ਟਿਕਟਾਂ ਤੇ ਲੱਗਿਆ ਹੋ ਸੀ ਸਾਡੇ ਮਹੱਲੇ ਤੋਂ ਥੋੜੀ ਦੂਰ ਹੀ ਜਾਂਦਾ ਸੀ ਤੇ ਮਾਨ ਚਾਹੇ ਹੁੰਦਾ ਸੀਗਾ ਵੀ ਯਾਰ ਵੱਡੇ ਹੋ ਗਏ ਨਾ ਮੀਕਾ ਬੰਦਾ ਅੱਛਾ ਵੀ ਇਹ ਟੈਕਟਾ ਸਿਆਪਾ ਉਹੀ ਵੀ ਇਹ ਸਾਰੀਆਂ ਫਿਲਮਾਂ ਵੇਂਦਾ ਪਹਿਲਾਂ ਉਹ ਬਣਦਾ ਸੀ ਮੁੜ ਕੇ ਬੈਟਰੀ ਲੈ ਕੇ ਚੈੱਕ ਕਰਦਾ ਹੁੰਦਾ ਸੀ ਵੀ ਟੈਕਟਾ ਦਾ ਓਕੇ ਵੀ ਇਹ ਰੇ ਕੀੜੇ ਅਸਲ ਚ ਦਿਮਾਗ ਤੁਸੀਂ ਦੇਖ ਲਓ ਜੀ ਵੀ ਮਤਲਬ ਵੀਸੀਆਰ ਤੇ ਲੱਗ ਜੀ ਤਾਂ ਫਿਲਮਾਂ ਦੇਖਣੀਆਂ ਨਾ ਉਹਦੇ ਫਿਰ ਸਿਨਮੇ ਚ ਲੱਗਦੀ ਵੀ ਬੈਟਰੀ ਲੈ ਕੇ ਲੋਕਾਂ ਨੇ ਟੈਟਾ ਚੈੱਕ ਕਰਾਂਗੇ ਨਾਲੇ ਫਿਲਮ ਵੇਖਿਆ ਕਰਾਂਗੇ ਸ਼ਵੇਦਾ ਮਤਲਬ ਇਹ ਹੋ ਗਿਆ ਵੀ ਇਹਨਾਂ ਗੱਲਾਂ ਤੋਂ ਇੱਕ ਗੱਲ ਤੇ ਕਲੀਅਰ ਸੀ ਵੀ ਭਾਵੇਂ ਆਪਾਂ ਨੂੰ ਕੱਪੜੇ ਦੀ ਦੁਕਾਨ ਕਰਨੀ ਪਈ ਭਾਵੇਂ ਨਾਟਕ ਲਿਖਣੇ ਪਏ ਜਾਂ ਹੋਰ ਮਿਹਨਤਾਂ ਕੀਤੀਆਂ ਪਰ ਨਿਸ਼ਾਨਾ ਲਗਭਗ ਸਾਫ਼ ਸੀ ਪਰ ਇਮਾਨਦਾਰੀ ਨਾਲ ਸੀ ਵੀ ਆਪਾਂ ਇਸ ਟੀਚੇ ਦੇ ਪਹੁੰਚਣਾ ਕੰਮ ਕਰਨਾ ਇਮਾਨਦਾਰੀ ਨਾਲ ਕਰਨਾ ਚਲੋ ਦੇਖੀ ਜਾਊਗਾ ਜਦੋਂ ਉੱਥੇ ਪਹੁੰਚਾਂਗੇ ਅੱਗੇ ਕੀ ਹੋਊਗਾ ਹਾਂ ਬਿਲਕੁਲ ਮੇਰਾ ਖਿਆਲ ਸਮਾਂ ਵੀ ਲਗਭਗ ਆਪਣੇ ਕੋਲੇ ਮੁੱਕ ਗਿਆ ਆਪਾਂ ਤੁਰ ਫਿਰ ਵੀ ਲਿਆ ਹਉਣ ਤੇ ਆ ਕੱਪਕੁੱਪ ਵੀ ਸਮੇਟੀ ਨਾਲ ਦੇ ਬੰਦੇ ਵੀ ਡੀਕਦੇ ਹੋਣੇ ਆ ਚਲੋ ਜੀ ਕੋਈ ਗੱਲ ਜਿਹੜੀ ਮੈਂ ਪੁੱਛਣੀ ਭੁੱਲ ਗਿਆ ਹੋਵਾਂ ਤੁਸੀਂ ਦੱਸਣੀ ਕਹਿਣੀ ਚਾਹੋ ਨਹੀਂ ਬਹੁਤ ਗੱਲਾਂ ਹੋ ਗਈਆਂ ਆਪਣੀਆਂ ਮੈਂ ਕਦੇ ਮੇਰਾ ਐ ਹੋਇਆ ਨਹੀਂ ਵੀ ਮੈਂ ਸੋਚਦਾ ਆਵਾਂ ਵੀ ਆਹ ਗੱਲ ਕਰਨੀ ਆ ਨਹੀਂ ਮੇਰਾ ਹੁੰਦਾ ਵੀ ਜਿਵੇਂ ਉਹੀ ਜੇ ਆਪਾਂ ਮੰਜ਼ਲ ਤੇ ਪਹੁੰਚਦੇ ਆ ਜੋ ਜਿਵੇਂ ਮਾਹੌਲ ਹੋਇਆ ਠੀਕ ਹੈ ਹੁਣ ਤੁਸੀਂ ਆ ਗੱਲਾਂ ਪੁੱਛ ਲਈਆਂ ਜੇ ਮੇਰੇ ਦਿਮਾਗ 'ਚ ਕੋਈ ਸੀ ਮੈਂ ਗੱਲ ਸੁਨਾਤੀ ਤੇ ਮੈਨੂੰ ਨਹੀਂ ਲੱਗਦਾ ਵੀ ਸਾਰਾ ਪਰ ਮੈਨੂੰ ਚੰਗਾ ਕੀ ਲੱਗਿਆ ਵੀ ਚਾਹੇ ਅਸੀਂ ਵੀਰਾ ਕੈਮਰੇ ਤੇ ਆ ਅਸੀਂ ਹੈਗੇ ਆ ਭਰ ਵੀ ਜਿਹੜਾ ਆ ਤੁਸੀਂ ਜੇ ਖਮੋਸ਼ੀ ਫਿਲਮ ਦੇਖੀ ਹੋਵੇ ਤਾਂ ਨਾ ਨਾ ਪਾਡੇ ਕਰਨ ਦਰਖਤਾ ਨਾਲ ਗੱਲਾਂ ਕਰਦਾ ਹੁੰਦਾ ਜਾਂ ਵੀ ਜਿਹੜੀ ਆ ਫੀਲ ਹੈ ਔਰੇ ਸੁਣਾਉਣ ਦਾ ਮੈਨੂੰ ਮੈਂ ਹੁਣ ਜਦੋਂ ਐ ਝਾਕਿਆ ਜਦੋਂ ਜਮਾਂ ਹੀ ਪੁਆਇੰਟ ਤੇ ਆਕੇ ਵੀ ਇੰਨਾ ਮਜ਼ਾ ਕਿਉਂ ਆਉਂਦਾ ਹੈ ਹਮ ਜਦੋਂ ਕਿ ਸੁਣਨ ਵਾਲਾ ਹਜੇ ਕੋਈ ਹੈ ਨਹੀਂ ਆ ਆਪਾਂ ਥੀਏਟਰ ਵਾਲੇ ਆ ਆਪਾਂ ਨੂੰ ਮਜ਼ਾ ਹੀ ਉਦੋਂ ਆਉਂਦਾ ਸੀ ਜਦੋਂ ਸਾਹਮਣੇ ਸੁਣਨ ਵਾਲੇ ਹੁੰਦੇ ਸੀ ਹਾਂ ਉਹ ਫਿਰ ਆ ਦਰਖਤ ਹੈ ਇਹਨਾਂ ਨਾਲ ਸਵਾਦ ਆਇਆ ਆਪਾਂ ਨੂੰ ਹੁਣ ਐ ਲੱਗਦਾ ਵੀ ਅੱਜ ਬਹੁਤ ਹਵਾ ਜ਼ਿਆਦਾ ਚੱਲਣ ਲੱਗੀ ਹਾਂ ਵੀ ਉਹ ਕਹਿੰਦੇ ਰੌਲਾ ਨਹੀਂ ਪਾਉਂਦੇ ਹੁੰਦੇ ਤਾੜੀਆਂ ਮਾਰਦੇ ਹੁੰਦੇ ਇਹਦੇ ਚ ਨਾ ਤੁਸੀਂ ਦੇਖੋ ਵੀ ਹਵਾ ਵੀ ਆ ਉਹ ਹਲਕਾ ਹਲਕਾ ਰਿਦਮ ਵੀ ਆ ਧੁੱਪ ਵੀ ਆ ਸ਼ਾਮੀਆਂ ਸਟੂਡੀਓ ਚ ਕੀ ਹੋਣਾ ਅਸੀਂ ਵੀ ਦੋ ਕੁਰਸੀਆਂ ਤੇ ਬੱਤੀਆਂ ਬੱਤੀਆਂ ਬਿਲਕੁਲ ਹੈਨਾ ਤੇ ਫਿਰ ਉਹ ਮਸ਼ੀਨਾਂ ਚ ਬੰਦਾ ਮਸ਼ੀਨ ਬਣ ਜਾਂਦਾ ਇੱਥੇ ਘਟੋ ਘਟ ਜੀ ਹੁੰਦੀਆਂ ਜਾਂਨਾਂ ਤੇ ਆਗੀਆਂ ਸੀ ਆਪਸੇ ਬਿਲਕੁਲ ਬਿਲਕੁਲ ਸੋ ਮਜ਼ਾ ਆਇਆ ਪ੍ਰਿੰਸ ਭਾਈ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਜਿੰਨੀਆਂ ਸੀਗੀਆਂ ਆਪਾਂ ਕਰ ਲੀਆਂ ਗਾਂ ਜਦੋਂ ਅਗਲੀ ਰਾਮ ਮੁਲਾਕਾਤ ਹੋਈ ਉਦੋਂ ਹੋਰ ਕੱਢ ਲਾਂਗੇ ਸੱਪ ਜੀ 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 ਲਓ ਜੀ ਫਿਰ ਇਹਦੇ ਨਾਲ ਹੀ ਆਪਾਂ ਹੁਣ ਪ੍ਰਿੰਸਪਾਈਜੀ ਕੋਲ ਇਜਾਜ਼ਤ ਲੈਨੇ ਆ ਇਸ ਬਾਈ ਜੀ ਬੜਾ ਧੰਨਵਾਦ ਤੁਹਾਡਾ ਤੁਸੀਂ ਆਈਡੀ ਤੋਂ ਚੱਲ ਕੇ ਇਹਦੇ ਨਾਲੇ ਖੁੱਲੀਆਂ ਗੱਲਾਂ ਕੀਤੀਆਂ ਬਹੁਤ ਮਨ ਆਨੰਦਾ ਆ ਤੇ ਅਗਲੀ ਵਾਰ ਆਏ ਤੇ ਆਪਾਂ ਉਦੋਂ ਦੁਬਾਰਾ ਬਰਾਕਾਤ ਕਰਾਂਗੇ ਬਹੁਤ ਸ਼ੁਕਰੀਆ ਓਕੇ ਸਤਿ ਸ਼੍ਰੀ ਅਕਾਲ ਲੋਈ ਫਿਰ ਦੇਖਦੇ ਰਹਿਣਾ ਪ੍ਰਾਇਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਟਿੱਪਣੀਆਂ ਕਰਦੇ ਰਹੋ ਜੇ ਕੋਈ ਸਵਾਲ ਹੋਇਆ ਤਾਂ ਉਹ ਵੀ ਲਿਖ ਦਿਓ ਅੱਗੇ ਕਿਤੇ ਟੱਕਰਾ ਹੋਇਆ ਤੇ ਆਪਾਂ ਉਹ ਵੀ ਪੁੱਛ ਕੇ ਛਲਵਾਗੇ ਦੇਖਦੇ ਰਹਿਣਾ ਪ੍ਰਾਇਮੇਸ਼ੀਆ ਟੀਵੀ